ਦੇਖੋ ਨਾ ਜਾਇਆ ਨਾ ਕਰੀ, ਜਾਇਆ ਨਾ ਕਰੀਏ ਫਿਰ ਭਰਾ ਨਾ ਮਨ ਕਰਦੇ ਨਹੀਂ ਤੇ ਮੈਂ ਪੁੱਤਰ ਤੋਰ ਦਾ ਹੋਣੇ ਮਾਲਕ ਦੇ ਕਰਮ ਨਾਲ ਪਹਿਲੀ ਚਵਾਈ ਜੇ ਬਲਾਵ ਸਾਹਿਬ ਕਿੰਨਾ ਬੋਲਾ ਦਿੱਤਾ ਕੋਈ 14 ਸਿਰ ਪਹਿਲੀ ਚਵਾਈ ਦਾ ਬੋਲਾ ਕੱਢਿਆ ਜੀ ਜਾ ਸਮੇਤ ਜਾ ਸਮੇਤ ਬੱਚੀ ਮਾਸ਼ਾਅੱਲਾ ਵੇਖੋ ਬੜੀ ਇੱਧਰ ਵੇਖੋ ਸੁਖਦਾਰ ਸਾਹਿਬ ਕਿੰਨੇ ਦੰਦੇ ਠਿੱਗੀ ਲੱਗਣ ਡਈ ਜੀ ਠਿੱਗੀ ਲੱਗਦੀ ਜੀ ਹਾਂਜੀ ਹਾਂਜੀ ਮੈਂ ਸੋਹਣੇ ਮਾਲਕ ਵੇਖੋ ਇੱਧਰ ਵੇਖੋ ਬੰਦੇ ਦੇ ਕੋਈ ਦੁੱਖ ਮੁਸੀਬਤ ਆਏ ਨਾ ਇਹ ਦੁਆ ਕਰਦਾ ਮੇਰਾ ਮਾਲਕਾ ਇਹ ਮੇਰੇ ਤੇ ਹੁੰਦੇ ਜੀ ਬਾਜਵਾ ਸਾਹਿਬ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਬਲਾਲ ਭਾਈ ਕੀ ਹਾਲ ਹੈ ਠੀਕ ਹੋ ਠੀਕ ਠਾਕ ਹੋਰ ਤੇਜ ਸਾਹਿਬ ਤੁਸੀਂ ਸੁਣਾਓ ਠੀਕ ਹੋ ਜੀ ਅੱਲਾ ਦਾ ਬੜਾ ਕਰਮ ਹੈ ਬਿਲਕੁਲ ਤੇ ਤੁਸੀਂ ਸੁਣਾਓ ਸਭ ਹੈਰੀ ਸ਼ੁਕਰ ਹੈ ਮਾਲਕ ਦਾ ਫਰਾਸ ਤੇਜ ਸਾਹਿਬ ਮਾਸ਼ਾਅੱਲਾ ਫਰਾਸ ਸਾਹਿਬ ਨਾਲ ਇੱਕ ਜ਼ਰੂਰੀ ਕੰਮ ਸੀ ਇਸ ਵੇਲੇ ਤੋਂ ਉਹਨਾਂ ਦੀ ਇੱਕ ਐਮਰਜੈਂਸੀ ਉਹਦੀ ਵਜ੍ਹਾ ਤੋਂ ਮੈਂ ਆਇਆ ਵੀਡੀਓ ਉਹਨਾਂ ਦੀ ਬਣਾਉਣ ਮਾਸ਼ਾਅੱਲਾ 9 ਗਾਵਾਂ ਨੇ ਭਰਾਵਾਂ ਵਾਸਤੇ ਇੱਕ ਪਹਿਲਨ ਝੋਟੀ ਹੈ 2 ਕੰਜ ਝੋਟੀਆਂ ਨੇ ਤੇ 2 ਵਛੀਆਂ ਨੇ ਕੱਟੀਆਂ ਵੀ ਆ ਨੇ ਜੀ ਜੀ ਤੇ ਵੈੜਾ ਵੇਖ ਕੇ ਭਰਾਵਾਂ ਦਾ ਦਿਲ ਖੁਸ਼ ਹੋਏਗਾ ਮਾਸ਼ਾਅੱਲਾ ਇਹ ਵੇਖ ਮਾਸ਼ਾਅੱਲਾ ਰਾਸਾ ਮਾਸ਼ਾਅੱਲਾ 9 ਖੂਬਸੂਰਤ ਗਾਵਾਂ ਨੇ ਨਵਾਂ ਦਾ ਦੋਸਤਾਂ ਨੂੰ ਸ਼ੌਕ ਵੀ ਕਰਵਾਉਂਦੇ ਆ ਕੱਟੀਆਂ ਵਛੀਆਂ ਤੇ ਝੋਟੀ ਵੀ ਆ ਜੀ ਜੀ ਇਸ ਟਾਈਮ ਫਰਾ ਸਾਹਿਬ 36 ਕਿਲੋ ਵਾਲੀ ਗਾਂ ਵੀ ਕੋਲ ਮੌਜੂਦ ਹੈ ਠੀਕ ਹੈ ਅੰਤ ਤੇ ਭਰਾਵਾਂ ਨੂੰ ਸ਼ੌਕ ਕਰਾਉਂਦੇ ਆ ਰਾਸਾ ਮਾਸ਼ਾਅੱਲਾ ਮਸ਼ਹੂਰ ਹੋ ਗਏ ਦੋਸਤ ਆਲਰੇਡੀ ਜਨਾਬ ਦੇ ਨਾਂ ਤੋਂ ਜਨਾਬ ਦੇ ਕੰਮ ਤੋਂ ਵਾਕਿਫ ਨੇ ਫਿਰ ਵੀ ਜਿਹੜੇ ਦੋਸਤ ਚੈਨਲ ਦੇ ਨਵੇਂ ਨੇ ਉਹਨਾਂ ਨੂੰ ਆਪਣਾ ਤੇ ਆਪਣੇ ਡੇਰੇ ਦਾ ਤਾਰਫ ਕਰਵਾ ਦੇ ਜ਼ਿਲ੍ਹਾ ਸਿਆਲਕੋਟ ਤਹਿਸੀਲ ਪਸਰੂਰ ਗਾਂ ਚੌਕ ਫਲੋਰਾ ਮੇਨ ਸਿਆਲਕੋਟ ਰੋਡ ਦੇ ਤੇ ਡੇਰਾ ਤੇਜ ਸਾਹਿਬ ਫਲੋਰੇ ਤੋਂ ਚਵਿੰਡੇ ਤੋਂ ਵੀ 3 ਕਿਲੋਮੀਟਰ ਹੈ ਭਾਗਵਾਲ ਤੋਂ ਵੀ 3-4 ਕਿਲੋਮੀਟਰ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਡੇਰਾ ਬਿਲਕੁਲ ਜੀ ਸਾਹਮਣੇ ਰੋਡ ਨਜ਼ਰ ਆ ਰਿਹਾ ਡੇਰਾ ਸੁਬੇਦਾਰ ਫੱਕ ਦੇ ਨਾਮ ਤੋਂ ਮਸ਼ਹੂਰ ਹੈ ਸੁਬੇਦਾਰ ਸਾਹਿਬ ਵੀ ਮੌਜੂਦ ਨੇ ਉਹਨਾਂ ਦਾ ਵੀਡੀਓ ਤੇ ਪੈਗਾਮ ਵੀ ਇਨਸ਼ਾਅੱਲਾ ਲੈਣੇ ਜੀ ਸੁਬੇਦਾਰ ਸਾਹਿਬ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਜੀ ਸੁਬੇਦਾਰ ਸਾਹਿਬ ਕੀ ਹਾਲ ਹੈ ਜਨਾਬ ਠੀਕ ਬੜਾ ਬੜਾ ਮੇਰੇ ਸੋਹਣੇ ਮਾਲਕ ਦਾ ਬੜਾ ਕਰਮ ਮੇਰੀ ਤਰਫੋਂ ਤੁਹਾਡੀ ਤਰਫੋਂ ਇਹ ਮੇਰੇ ਮਹਿਮਾਨ ਆਏ ਨੇ ਅੱਗੇ ਮੇਰੇ ਕੋਲ ਮਾਲ ਲੈ ਕੇ ਇਹਨਾਂ ਹੀ ਤਰਫੋਂ ਮੇਰੇ ਬਰਖੋਦਾ ਹੀ ਤਰਫੋਂ ਮੇਰੇ ਪੱਠੇ ਪਾਣਾ ਸ਼ੇਰ ਉਹਨੇ ਦੱਸਿਆ ਵੀ ਤਰਫੋਂ ਅਸਲਾਮੁ ਅਲੈਕੁਮ ਅੱਜ ਫਰਾਜ਼ ਸਾਹਿਬ ਦੀ ਗੈਰ ਮੌਜੂਦਗੀ ਦੀ ਨਾਲ ਉਹਨਾਂ ਦੀ ਇੱਕ ਐਮਰਜੈਂਸੀ ਬਣ ਗਈ ਉਹ ਨਹੀਂ ਆ ਸਕੇ ਫਿਰ ਮੈਂ ਚਲੋ ਦੁਨੀਆ ਤੇ ਫਿਰ ਤੈਯਬ ਸਾਹਿਬ ਮੇਰੇ ਸੋਹਣੇ ਮਾਲਕ ਨੇ ਕਾਰੋਬਾਰ ਦੀ ਕੰਮ ਜੀ ਇੰਜ ਲਾਏ ਨੇ ਦੁਨੀਆ ਨਾਲ ਚਾਸੋ ਚੱਲ ਚਲੋ ਮੈਨੂੰ ਉਮੀਦ ਹੈ ਕਿ ਮੇਰੇ ਭਰਾਵਾਂ ਨੂੰ ਮਜ਼ਾ ਆਏਗਾ ਇਨਸ਼ਾਅੱਲਾ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਮੇਰੀਆਂ ਵਹਿੜੀਆਂ ਦੇ ਮੁੱਲਾਂ ਦਾ ਵੀ ਤੇ ਨਸਲਾਂ ਦਾ ਵੀ ਇਨਸ਼ਾਅੱਲਾ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਮਜ਼ਾ ਆਏਗਾ ਅੱਜ ਤੁਹਾਨੂੰ ਮਜ਼ੇ ਦੀ ਗੱਲ ਸੁਣਾਵਾਂ ਸਵੇਰ ਨਾ ਸਵੇਰ ਸਵੇਰੇ ਸਵੇਰੇ ਭਾਨੂ ਆ ਰਹੀ ਸੀ ਮੈਂ ਗੱਲ ਵੀਡੀਓ ਜੀ ਸੁਣਾਉਣਾ ਹੁੰਦਾ ਵਾਂ ਸਾਡਾ ਤਾਏ ਦਾ ਪੁੱਤਰ ਹੈ ਉਹ ਤੇ ਆ ਸਰਵਨ ਨਹੀਂ ਸਵੇਰੇ ਸਵੇਰੇ ਆ ਗਿਆ ਆਂਦਾ ਮੈਂ ਤੇਰੀ ਜਿਹੜੀਆਂ ਪਿਛਲੀ ਵਾਰੀ ਮੋਨੀਆਂ ਗਾਵਾਂ ਨਹੀਂ ਉਹ ਵੇਖਣਾ ਆ ਇਹਦੇ ਬਾਅਦ 2-3 ਘੰਟੇ ਬੈਠੇ ਰਹੇ ਆਂਦਾ ਮੈਂ ਤੁਹਾਡੀ ਇਹ ਸਾਹਮਣੇ ਆ ਵੇਖੋ ਮਾਰ ਮੋਬਾਈਲ ਆ ਬਿਲਕੁਲ ਜੇ ਸਾਹਮਣੇ ਹੀ ਡੇਰਾ ਭਾਈ ਆਂਦਾ ਮੈਂ ਤੇਰੀਆਂ ਬੋਰੀਆਂ ਗਾਵਾਂ ਵੇਖਣਾ ਮੈਂ ਕਿਹਾ ਮੇਰੇ ਕਰਬਾ ਵਾਲਿਆ ਰੂਹਾ ਉਹ ਗਾਵਾਂ ਚੜੀਆਂ ਹਨ ਜੁਮੇ ਵਾਲੇ ਦੇਣੀ ਤੇ ਠੀਕ 2 ਘੰਟੇ ਮੇਰੇ ਸੋਹਣੇ ਮਾਲਕ ਦਾ ਇਹ ਕਰਮ ਕਿਸੇ ਦੇ ਵੇ ਮੈਂ ਆਖਿਆ ਇਹ ਦੁਆ ਕਰ ਚੌਰੀ ਅੱਲਾ ਤਾਲਾ ਇੰਜ ਦਾ ਕਰਮ ਹਰ ਬੰਦੇ ਤੇ ਕਰੇ ਐਡੀ ਦੂਰੋਂ ਕੋਈ ਬੰਦਾ ਆਵੇ ਹਕੀਕਤ ਗੱਲ ਹੈ ਤੈਯਬ ਸਾਹਿਬ ਐਡੀ ਦੂਰੋਂ ਬੰਦਾ ਆਏ ਨਾ ਕੋਈ ਉਹਨੂੰ ਮੈਂ ਨਾ ਪੁੱਤਰਾ ਪੈਸੇ ਨਾ ਵੇ ਇਹਨੂੰ ਗਾਂ ਦੇ ਇਹਨੂੰ ਖਾਲੀ ਨਾ ਕਰ ਅਤੇ 100% 100% ਬੰਦੇ ਨੂੰ ਕਦੀ ਖਾਲੀ ਨਹੀਂ ਘੱਲਿਆ ਉਹਨੂੰ ਮਾਤ ਦੇ ਕੇ ਘੱਲਿਆ ਉਹਨੂੰ ਫਰਾਜ਼ ਸਾਹਿਬ ਆਪਣਾ ਤੈਯਬ ਸਾਹਿਬ ਉਹਨੂੰ ਮਾਤ ਦੇ ਕੇ ਘੱਲਿਆ ਅਤੇ ਅੱਜ ਮੇਰੇ ਸੋਹਣੇ ਹਾਂ ਦੂਜਾ ਇਹ ਜਿਹੜੀ ਅਗਲੀ ਵੀਡੀਓ ਆਏਗੀ ਤੁਹਾਡੇ ਸਾਹਮਣੇ 3 ਗਾਵਾਂ ਗਈਆਂ 3 ਵਛੀਆਂ ਵੀ ਗਈਆਂ ਤੁਹਾਡੇ ਸਾਹਮਣੇ ਹੋਣੀ ਗਈਆਂ ਔਰ ਸਹੀ ਪੁੱਛੋ ਨਾ ਮੈਂ ਇੱਕ ਦੱਸ ਦੇਣਾ ਤੈਯਬ ਸਾਹਿਬ ਮਾਲ ਮੁੱਲ ਰੱਖੋ ਬਿਲਕੁਲ ਵੇਖੋ ਨਾ ਤੁਹਾਨੂੰ ਮਾਲ ਦਿੱਤਾ ਸੀ ਤੇ ਦੁਬਾਰਾ ਫੇਰ ਆਏ ਉਹਨਾਂ ਤੇ ਜੇ ਮੈਂ ਤੁਹਾਨੂੰ ਉਦੋਂ ਹੀ ਕੱਸ ਕੇ ਦਿੰਦਾ ਤੁਹਾਨੂੰ ਮੇਰੇ ਕੋਲ ਕੀ ਲੈਣ ਆਉਣਾ ਸੀ ਇਹ ਨਾ ਆਉਣਾ ਤੇ ਤੈਯਬ ਸਾਹਿਬ ਮਾਲ ਮੁੱਲ ਦਵੋ ਨਾ ਮਾਲ ਤੇ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਨਾ ਸੋਹਣੇ ਮਾਲਕ ਦੇ ਕਰਮ ਨਾਲ ਬੰਦੇ ਜਦ ਨਹੀਂ ਉਹਦੇ ਕਰਮ ਨਾਲ ਉੱਥੇ ਮੇਲਾ ਹੀ ਲੱਗਾ ਰਹੇਗਾ ਆ ਵੇਖੋ ਨਾ ਮੌਲਵੀ ਸਾਹਿਬ ਰੱਖ ਰਹੇ ਤੇ ਮੈਂ ਪੁੱਛਿਆ ਤਰਾ ਕਿੰਨਾ ਕੋਲ ਜੀ ਭਾਈ ਜਨ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਭਾਈ ਜਨ ਕਿਹੜੀ ਜਗ੍ਹਾ ਤਸ਼ਰੀਫ ਲੈ ਕੇ ਆਏ ਸਰ ਸ਼ਕਰਗੜੂ ਆਏ ਆ ਸਰ ਅੱਗੇ ਵੀ ਸੁਬਦਾਰ ਸਾਹਿਬ ਕੋ ਮਾਲ ਸਰ ਸੁਬਦਾਰ ਸਾਹਿਬ ਕੋ ਮਾਲ ਲੈ ਕੇ ਗਏ ਆ ਮਾਲ ਦਾ ਮਜ਼ਾ ਨਹੀਂ ਮਾਲ ਦੀ ਚਾਸ ਆਈ ਹੈ ਮਾਸ਼ਾਅੱਲਾ ਤੇ ਗੱਲ ਵਾਲੇ ਬੰਦੇ ਨੇ ਭਾਈ ਆਦਮੀ ਨੇ
ਭਾਜੀ ਦੀਦ ਲਿਹਾਜ਼ ਵਾਲੇ ਬੰਦੇ ਨੇ ਡੇਰੇ ਆਇਆ ਬੰਦੇ ਨੂੰ ਖਾਲੀ ਨਹੀਂ ਜਾਣ ਦਿੰਦੇ। ਇਹ ਸਿਫਤ ਹੈ ਇਹਨਾਂ ਦੀ, ਕੋੜੇ ਜ਼ਰੂਰ ਨੇ ਲੇਕਿਨ ਦਿਲ ਦੇ ਸ਼ਹਿਨਸ਼ਾਹ ਆਦਮੀ ਨੇ। ਜਿਹੜੀ ਗੱਲ ਦੱਸਦੇ ਨੇ ਭਾਜੀ 100% ਆਉਂਦੀ ਨਿਕਲੀ ਹੈ। ਦੋ ਗਾਵਾਂ ਦੀ ਬੁਕਿੰਗ ਲੈ ਕੇ ਆਏ ਹਾਂ ਸਰ, ਦੋ ਗਾਵਾਂ ਇਨਸ਼ਾਅੱਲਾ ਸੁਬਦਾ ਸਾਹਿਬ ਕੋਲ ਲੈ ਕੇ ਜਾਣੀਆਂ ਨੇ। ਦੇਖੋ ਨਾ ਸਾਹਿਬ ਜੀ, ਬੰਦਾ ਨਾ ਇਹਨਾਂ ਦਾ ਸੌਦਾ ਅੜਿਆ ਸੀ 5,000 ਤੋਂ, ਮੈਨੂੰ ਇਹਨੇ ਕਿਹਾ ਤੁਸੀਂ ਮੁਕਾੜੋ, ਮੈਂ ਕਿਹਾ 5 ਹੀ ਲਾ ਹੜੋ, ਇੰਝ ਗੱਲ ਹੋਈ ਸੀ, ਮੈਂ ਕਿਹਾ 5 ਹੀ ਲਾ ਹੜੋ, ਲੇਕਿਨ ਇਹਨਾਂ ਕਿਹਾ, ਮੈਂ ਕਿਹਾ ਕਿ 5 ਨੂੰ ਅੱਧੋ ਵੱਧ ਕਰਨਗੇ, ਉਹ ਮੈਂ ਕਿਹਾ ਨਹੀਂ ਉਹ 5 ਦਾ ਕਰਦਾ ਕੀ, ਅੱਧੋ ਵੱਧ ਕੋਈ ਕਹਿ ਹੁੰਦੀ, ਇਹੋ ਗੱਲ ਉੱਧਣ ਹੋਈ ਹੈ ਨਾ। ਐਸ ਮੇਰੇ ਪੁੱਤਰ ਵੀ ਅੱਗੇ ਮੱਝ ਖੜੀ ਹੈ, ਇਹਨੂੰ ਵੀ ਨਾ, ਇਹ ਵੀ ਜ਼ਫਰਵਾਲ ਦਾ, ਇਹਨੂੰ ਵੀ ਮਾਰ ਦੇ, ਹਾਂਜੀ ਇਹਨੂੰ ਬਾਈ ਜਨਾ ਕਿ ਵੀ ਜਾਨਵਰ ਲੈ ਕੇ, ਹਾਂਜੀ ਤਈਆ ਸਾਹਿਬ ਬਲਾਲ, ਹਾਂਜੀ ਮੱਝ ਖੜੀ ਸੀ, ਮੱਝ ਦਾ ਮਜ਼ਾ ਆਇਆ, ਹੁਣ ਅਸੀਂ ਗਾਈ ਲੈਣ ਆਏ। ਪਰ ਬਲਾਲ ਇੱਧਰ ਕਰੋ ਜੀ, ਬਲਾਲ ਸਾਹਿਬ ਜੀ, ਜਿਸ ਤਰ੍ਹਾਂ ਮੇਰੇ ਭਰਾਵਾਂ ਨੇ ਨਾ ਬੁਕਿੰਗ ਕਰਦੇ ਨੇ ਬੁੱਕ ਬੁੱਕ ਬੁੱਕ, ਇਸ ਤਰ੍ਹਾਂ ਮੇਰੇ ਸੋਹਣੇ ਮਾਲਕ ਦੇ ਕਰਨ, ਤੇ ਜਿੰਨੇ ਮਾਂ ਪਿਓ ਦੀ ਨੇ ਨਾ ਮੰਨੀ, ਉਹ ਦੁਨੀਆ ਦੇ ਕਿਤੇ ਕਾਮਯਾਬ ਹੈ ਹੀ ਨਹੀਂ। ਜਾਨਵਰ ਮੋਲ ਇੰਜਲਾ, ਹਾਂਜੀ ਅੱਜ ਵੀ ਜਾਨਵਰ ਇਨਸ਼ਾਅੱਲਾ ਤਾਲਾ, ਅੱਜ ਚੰਗੇ ਲਿਬਾਸ ਵਾਲੇ ਤੇ ਰੇਟ ਵੀ ਸੋਹਣੇ ਹੋਣੇ ਚਾਹੀਦੇ, ਰੇਟ ਇੰਜ ਹੋਣਗੇ ਤਈਬ ਸਾਹਿਬ, ਮੇਰੇ ਭਰਾ ਕਹਿਣਗੇ ਕਿ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ, ਕਿ 3 ਦਿਨ ਤੋਂ ਬਾਅਦ ਵੀਡੀਓ ਚਾੜਨਾ ਚੜਦੀ ਹੈ ਤੇ ਸਹੀ ਚੜਦੀ ਜੀ, ਦੋਸਤਾਂ ਨੂੰ ਫਰਾਜ਼ ਦੀ ਕਮੀ ਨਾ ਮਹਿਸੂਸ ਹੋਏ, ਇਨਸ਼ਾਅੱਲਾ ਦੇ ਰੇਟ ਲਾਣੇ ਨੇ ਭਾਈ, ਅੱਜ ਫਰਾਜ਼ ਹੀ ਕਿਹਾ ਨਾ, ਉਹਦੇ ਨਾਲੋਂ ਅੱਜ 2,000 ਜਿਹੜੀ ਗੁੰਜਾਇਸ਼ ਹੋਰ ਕਰਨੀ ਆ, ਇਹ ਗੱਲ ਇਹ ਨਾ ਕਹਿਣ। ਸਲਾਮ ਵੀ ਇੱਕ ਹਰੀਪੁਰ ਤੋਂ ਪਟਵਾਰੀ ਸਾਹਿਬ ਨੇ ਵੈਸ ਕਾਜ਼ਮੀ ਸਾਹਿਬ, ਪਿਛਲੀ ਵੀਡੀਓ 'ਚ ਗਾਂ ਕਰੀਏ, ਇਸ ਵੀਡੀਓ 'ਚ ਵੀ ਉਹਨਾਂ ਗਾਲਾਂ ਨਹੀਂ, ਮੈਨੂੰ ਕਾਲ ਕਰਦੇ ਰਹੇ ਨੇ, ਹੁਣ ਮੈਂ ਰਿਸੀਵ ਕੀਤੀ, ਉਹਨਾਂ ਕਹਿ ਕੇ ਜੀ ਵਾਲਿਕਮ ਸਲਾਮ ਬਾਈ, ਇਹਨਾਂ ਦਾ ਵੀ ਬਹੁਤ ਸ਼ੁਕਰੀਆ ਜੀ, ਸਾਡੀ ਵੀਡੀਓ ਵੇਖਦੇ ਨੇ ਮਾਸ਼ਾਅੱਲਾ, ਇਸ ਵੀਡੀਓ 'ਚ ਮਾਸ਼ਾਅੱਲਾ ਨੇ ਗਾਂ ਲੈਣੀ ਦੱਸ ਦਿੱਤੀ, ਮੈਂ ਚਲੋ ਤੁਹਾਡਾ ਨਾਂ ਦਾ ਸਲਾਮ ਵੀ ਦਾਂਗੇ, ਚਲੋ ਸੋਹਣੇ ਮਾਲ ਦੇ ਕਰਨਾ ਸ਼ੁਰੂ ਕਰੋ, ਹਾਂਜੀ ਫਿਰ ਵੀਡੀਓ ਲੰਮੀ ਹੋ ਜਾਂਦੀ ਮਾਸ਼ਾਅੱਲਾ ਜੀ, ਵੈਰ ਨੰਬਰ 1 ਆ ਗਈ, ਲਿਬਾਸ ਦੋਸਤਾਂ ਨੂੰ ਵੇਖ ਲੈਣਾ, ਅਮਰ ਭਾਈ ਆਸਾ ਦਾ ਭਾਈ ਅੱਗੇ ਟੋਰ ਬੋਲੋ ਬੋਲੋ, ਤੁਸੀਂ ਫਰਾਦ ਹੀ ਸਮਝੋ, ਤੇ ਸਭ ਮਾਸ਼ਾਅੱਲਾ ਦੂਸਰਾ ਸੂਆ ਵੈੜੀ ਲਾਇਆ ਜੀ, ਠੀਕ ਹੈ ਆਪੀ ਵੀ ਬੱਚੀ ਹੈ ਤੇ ਪਿੱਛੇ ਵੀ ਕਰਮਾ ਨਹੀਂ ਪਿੱਛੇ ਆ, ਮੁਕੰਮਲ ਰਵੇਲ ਹਾਈਟ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ, ਹਾਂ ਮਾਸ਼ਾਅੱਲਾ ਬੜਾ ਪਿਆਰਾ ਲੱਗਾ, ਸਾਨੂੰ ਦੋਸਤਾਂ ਨੂੰ ਚੈੱਕ ਕਰਵਾ ਦਿੰਦੇ, ਸੋਹਣੇ ਮੁੱਠੀ ਪਾਵਰ ਫੋਨ ਜੀ ਬਾਜਾ ਸਾਹਿਬ, ਕਿੰਨਾ ਸੁਣਿਆ ਬਾਬਾ, ਫਿਰ ਬੱਚੀ ਮਗਰ ਜਰਸੀ ਬੱਚੀ ਵਿਖਾਓ, ਜਰਸੀ ਬੱਚੀ ਚੈੱਕ ਕਰਾਓ ਬਾਜ, ਹਾਂਜੀ ਬੱਚੀ ਹੈ ਪਿੱਛੇ ਮਾਸ਼ਾਅੱਲਾ ਬੜੀ ਪਿਆਰੀ ਸੋਹਣੀ, ਮਾਸ਼ਾਅੱਲਾ ਹੈ ਵੀ ਸਿਹਤਮੰਦ ਹੈ ਜੀ ਜੀ, ਇਹ ਦੋਸਤਾਂ ਨੂੰ ਚੈੱਕ ਕਰਨਾ ਖੂਬਸੂਰਤੀ ਦੋਸਤਾਂ ਨੂੰ ਵੇਖ ਲੈਣੀ ਰਵੇਲ ਵੀ, ਇੱਕ ਪਾਸੇ 5,00,000 ਦੀ ਮੱਝ ਲੈ ਲੋ ਤੇ ਇੱਕ ਪਾਸੇ ਆ ਗਾਂ ਲੈ ਲੋ, ਕਹਿੰਦਾ ਦੁੱਧ ਵੀ ਚਿੱਟਾ ਹੈਗਾ ਮੱਝਾਂ ਤਰ੍ਹਾਂ ਤੇ ਮੱਝ ਨਾਲ ਦੁੱਧ ਵੀ ਬਹੁਤਾ ਦੇਗੀ ਮਾਸ਼ਾਅੱਲਾ ਜੀ, ਕਿਸੇ ਭਰਾ ਨੂੰ ਪਸੰਦ ਆਇਆ ਭਰਾ ਸਾਹਿਬ ਵੈੜੀ ਦੇਖ ਲਾਂਗੇ ਜੇ 2,00,000 ਤੇ 35,000 ਦੀ, 2,35,000 ਦੁੱਧ 13 ਕਿਲੋ, ਦੁੱਧ 13 ਕਿਲੋ ਪੱਕੀ ਗਰੰਟੀ ਹੈ, ਹਾਂਜੀ ਮਾਸ਼ਾਅੱਲਾ ਜੀ, ਤਈਬ ਸਾਹਿਬ 6,00,000 ਦੀ ਮੈਂ ਲੈਣ ਨਾਲ ਯਕੀਨ ਕਰੇ ਸਵਾਦ ਬਹੁਤਾ ਦੇਖ ਮੇਰੇ ਸੁਣ, ਦੁੱਧ ਵੀ ਸਫੇਦ ਹੋਏ ਸਫੇਦ ਮੱਝਾਂ ਤਰ੍ਹਾਂ, ਇਸ ਗਰਮੀ ਸ਼ਰਮੀ ਦਾ ਕੋਈ ਗਰਮੀ ਆ ਤਾਂ ਮੈਂ ਲੈਂਦਾ ਹੀ ਨਹੀਂ, ਜਬ ਗਰਮੀ ਆ ਵੈਸੇ ਵੀ ਗਰਮੀ ਸਹੀ ਗਰਮੀ ਹੋਏ ਤਾਂ ਗਰਮੀ ਨਹੀਂ ਕਰਦੇ, ਧੁੱਪੇ ਬਾਂਝ ਜਾ ਕੇ ਫਰਾਜ਼ ਸਾਹਿਬ ਗਰਮੀ ਨਹੀਂ ਕਰੇਗੀ ਮਾਸ਼ਾਅੱਲਾ, ਸ਼ਾਬਾਸ਼ ਲੈ ਕੇ ਆਓ ਭਾਈ ਜੀ, ਅੱਜ ਫਰਾਜ਼ ਦੀ ਕਮੀ ਮਹਿਸੂਸ ਨਾ, ਇਹ ਤਈਬ ਸਾਹਿਬ ਨੇ ਕਿਹਾ ਇਨਸ਼ਾਅੱਲਾ ਇਨਸ਼ਾਅੱਲਾ ਰੇਟ ਬਿਲਕੁਲ ਮਚੂਲ ਹੁੰਦੇ ਜੀ ਜੀ, ਪ੍ਰਿੰਟ ਬੜਾ ਪਿਆਰਾ ਮਾਸ਼ਾਅੱਲਾ ਜੀ, ਖੂਬਸੂਰਤੀ ਦੋਸਤਾਂ ਨੂੰ ਵੇਖਣੀ ਹੈ, ਲਿਬਾਸ ਵੀ ਦੋਸਤਾਂ ਨੂੰ ਚੈੱਕ ਕਰਵਾ ਦਿੰਦੇ ਹਾਂ ਮਾਸ਼ਾਅੱਲਾ ਬੜਾ ਪਿਆਰਾ, ਚਲੋ ਬੜਾ ਲੰਮੀ ਰੱਖ ਕੇ ਚੰਗੀ ਫਿਰ ਲਓ ਪਾਣੀ ਚ ਰਸ ਵਾਲੀ, ਤਈਬ ਸਾਹਿਬ ਸਿਹਤ ਬਣੀ ਹੈ ਮਾਸ਼ਾਅੱਲਾ ਜੀ, ਪੁੱਠਾ ਵੀ ਦੋਸਤਾਂ ਨੂੰ ਵੇਖ ਲੈਣਾ ਤੇ ਲਿਬਾਸ ਵੀ ਦੋਸਤਾਂ ਨੂੰ ਚੈੱਕ ਕਰ ਲੈਣਾ ਮਾਸ਼ਾਅੱਲਾ, ਪਹਿਲਾਂ ਲੰਮੀ ਕਰਕੇ ਖਿਲਾ ਲਓ ਜ਼ਰਾ ਰਵੇਲ ਚੈੱਕ ਕਰਵਾ ਦਿਓ ਜੀ ਬਾਜਵਾ ਸਾਹਿਬ, ਕਿੰਨਾ ਸੁਆ ਸੂਈ ਜੇ ਕਿਤੇ ਤੁਸੀਂ ਦੇਵ ਸਾਹਿਬ ਮੂੰਹ ਖਾ, ਦੂਸਰਾ ਸੁਆ ਵੈੜੀ ਸੂਈ ਜੇ ਅੱਛੇ ਦੀ ਖੂਬਸੂਰਤੀ ਦੋਸਤਾਂ ਨੇ ਸਪੈਸ਼ਲ ਵੇਖਣੀ, 3 ਵੀ ਚਵਾਈਆਂ ਦੀਆਂ ਕੀਤੀਆਂ ਹਲੇ ਬੋਲੇ ਤੇ ਵੈੜੀ ਵੇਖੋ ਲੈ ਨਾੜੂ ਨਾਲ ਕੱਚਾ ਬੱਚੀ, 3 ਚਵਾਈਆਂ ਦੂਸਰਾ ਸੁਆ ਸੂਈ ਪਿੱਛੇ ਬੱਚੀ ਬੱਚੀ ਹੈ ਪਿੱਛੇ ਮਾਸ਼ਾਅੱਲਾ ਜੀ, ਨਾੜੂ ਲੈ ਨਾਲ ਬੱਚੀ ਵੀ ਸਿਹਤਮੰਦ ਹੈ ਜੀ, ਤੇ ਬਾਜਵਾ ਸਾਹਿਬ ਦੁੱਧ ਦੀ ਕੰਨੀਆਂ ਦੇ ਛਿੱਗੀ ਦੇ ਕੰਨੀਆਂ ਦੇ ਕੱਢ ਲਈ ਜੀ, ਕੰਨੀਆਂ ਦੇ ਕੱਢਦੀ ਹੈ ਜੀ ਜੀ, ਵੈੜੀ ਹੈ ਮਾਸ਼ਾਅੱਲਾ, ਥਾਨ ਦੋਸਤਾਂ ਨੇ ਚੈੱਕ ਕਰਨੇ ਮਾਸ਼ਾਅੱਲਾ, ਨਾਲੇ ਥਾਨ ਪਾਵਰ ਵਾਲੇ ਤਈਬ ਸਾਹਿਬ ਜੀ ਜੀ ਮਾਸ਼ਾਅੱਲਾ ਸੋਹਣੇ ਪਾਵਰ ਵਾਲੇ, ਬਾਜਵਾ ਸਾਹਿਬ ਦੁੱਧ ਦੀ ਕੀ ਤਫਸੀਲ ਹੈ, ਤੇ ਸਾਹਿਬ ਦੂਹ ਚਵਾਈਆਂ ਦਾ ਬੋਲਾ ਬੋਲਾ ਇਸ ਟਾਈਮ ਵੈੜੀ ਕੋ 14-15 ਕਿਲੋ ਜੀ, ਦੂਹ ਚਵਾਈਆਂ ਦਾ ਹਾਂਜੀ, ਤੁਸੀਂ 14 ਕਿਲੋ ਦੁੱਧ ਲਾਓ ਇਸ ਟਾਈਮ ਬੋਲਾ ਜਿਹੜਾ ਵੈੜੀ ਟੋਟਲ, ਹੁਣ 14 ਕਿਲੋ ਟੋਟਲ ਹੀ ਹੈ ਹਾਂਜੀ, 50 ਸਮੇਤ ਹੀ ਠੀਕ ਹੈ ਪਾਣੀ, ਆ ਪੁੱਠਾ ਦੋਸਤਾਂ ਨੂੰ ਵੇਖ ਲੈਣਾ ਮਾਸ਼ਾਅੱਲਾ ਜੀ,
ਪ੍ਰਿੰਟ ਵੀ ਵੇਖਣਾ ਤੇ ਬਾਜਵਾ ਸਾਹਿਬ ਨਸਲ ਦੱਸ ਦਿਓ ਦੋਸਤਾਂ ਨੂੰ ਇਹ ਫਰੀਜ਼ੀਅਨ ਤੇ ਕੋਈ ਚੋਲਸਤਾਨੀ ਕਰਾਸ ਹੈ ਮਾਸ਼ਾਅੱਲਾ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਖਾਨ ਮਾਸ਼ਾ ਦਾ ਬੜਾ ਪੈਰਾ ਲੱਗਾ ਗਾੜੀ ਨੂੰ ਇਹ ਚੈੱਕ ਕਰਵਾ ਦਿਓ ਦੋਸਤੋ ਇੱਕ ਦਫਾ ਦੇਖਣਾ ਫਰਾ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਚੈੱਕ ਕਰਦੇ ਮੱਝਾਂ ਤਰ੍ਹਾਂ ਚੱਡਾ ਗਾਣ ਕੱਟਾ ਲੱਡਾ ਦੇ ਇਹ ਦੇਖੋ ਮਾਸ਼ਾਅੱਲਾ ਕਰਮ ਮਾਸ਼ਾਅੱਲਾ ਜੀ ਆ ਕਰਮਾਂ ਦੀ ਲੱਤ ਖੋਲ ਹੋਰਾ 13 14 ਕਿਲੋ ਗੋਲਾ ਵੀ ਦੂਆ ਟੈਮਰ ਦਾ ਇਸ ਟਾਈਮ ਮਾਸ਼ਾਅੱਲਾ ਜੀ ਦੇਖੋ ਤੇ ਤਾਂ ਮਾਸ਼ਾਅੱਲਾ ਬਾਅਦ ਦੋਸਤਾਂ ਨੂੰ ਵੇਖ ਲੈਣਾ ਫੇਰ ਇੱਕ ਜੀ ਬਾਜਵਾ ਸਾਹਿਬ ਲਾਓ ਕੀਮਤ ਵੈਰ ਨੰਬਰ ਦੋ ਤੇਬ ਸਾਹਿਬ ਕਿਸ ਭਰਾ ਨੂੰ ਪਸੰਦ ਹੈ ਵੈਰੀ ਦੇਖ ਲਾਂਗੇ 2,65,000 ਦੀ 2,65,000 ਦੀ ਤਈਆ ਸਾਹਿਬ ਇਹਨਾਂ ਧੁੱਪਾਂ ਨਾਲ ਰੇਟ ਵੀ ਕੋ ਵਧੇ ਜੇ ਤਾਂ 5-10 ਜਣਾ ਵਧਿਆ ਜੇ ਤੁਰਿਆ ਜੇ ਲੇਕਿਨ ਫਿਰ ਵੀ ਮੁੱਲ ਮੇਰੇ ਭਰਾ ਹਾਂਜੀ ਹਾਂਜੀ ਫਿਰ ਵੀ ਮੇਰੇ ਭਰਾਵਾਂ ਨੂੰ ਮੁੱਲ ਬੜਾ ਜੈ ਜੈ ਯਾਰ ਬਤੋ ਇਹ ਤਾਂ ਜਿਹੜਾ ਦੋਸਤ ਆ ਇਹਦਾ ਫਿਰ ਵੀ ਹੋਏਗਾ ਤਈਆ ਸਾਹਿਬ ਠੀਕ ਹੈ 2,65,000 ਹਾਂਜੀ ਦੁਨੀਆ ਪਿਆਰ ਮੈਂ ਬੰਨ ਚੱਲ ਗਿਆ ਮਾਸ਼ਾਅੱਲਾ ਆ ਗਿਆ ਤੇ ਵਾਸਤੇ ਰੈਡ ਫਰੀਜ਼ ਹੈ ਲਾਮ ਰਖਾਇਓ ਖੂਬਸੂਰਤੀ ਵੇਖ ਲੈਣੀ ਦੋਸਤਾਂ ਨੂੰ ਮਸਲ ਬੜੀ ਹੈ ਮਾਸ਼ਾਅੱਲਾ ਜੀ ਤੇ ਸਾਹਿਬ ਕੱਦ ਮਾਸ਼ਾਅੱਲਾ ਵੈੜੀ ਦਾ ਬੜਾ ਤੇ ਦਿਹਾਰੇ ਕੋ 8 ਕੱਢਦੀ ਹਲੇ ਕੱਚੀ ਹਲੇ ਹਾਂਜੀ ਬੜੀ ਨਵਾਬ ਚੀਜ਼ ਮਾਸ਼ਾਅੱਲਾ ਬਾਈ ਲੰਮੀ ਕਰਕੇ ਸਲਾਰੋ ਨੂੰ ਵੇਲ ਬੜੀ ਦੋਸਤਾਂ ਨੂੰ ਚੈੱਕ ਕਰਵਾ ਦੀ ਬੜੀ ਵੱਡੀ ਵੈਰੀ ਮਾਸ਼ਾਅੱਲਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਹਾਈਟ ਬਰੀ ਹੈ ਤੇ ਰਵੇਲ ਬਰੀ ਹੈ ਹਾਂਜੀ ਹਾਂਜੀ ਫਿਰ ਵੇਖੋ ਦੇਖ ਮੇਰੇ ਸੋਹਣੇ ਮਾਲ ਡਰਦੀ ਵੀ ਕੈਮਰੇ ਕੋ ਸ਼ਰਾਫਤ ਸ਼ਰਾਫਤ ਵੀ ਦੋਸਤਾਂ ਨੇ ਸ਼ਰਾਫਤ ਦੇ ਲਿਬਾਸ ਵੇਖੋ ਮੇਰੇ ਸੋਹਣੇ ਮਾਲ ਆ ਲੈ ਇਧਰ ਲਿਆ ਬਾਈ ਲੈ ਗਿਆ ਵਾਤਲ ਜੀ ਕੈਮਰੇ ਕੋ ਡਰਦੀ ਜੀ ਇਧਰ ਨਸਲ ਬਰੀ ਹੈ ਜੀ ਰੈਡ ਫਰੀਜ਼ ਹੈ ਚਲੋ ਜਾਣ ਲਿਓ ਉਧਰ ਜਾਂਦੀ ਜੀ ਬਈ ਉਹ ਲੈ ਲੈ ਇਧਰ ਪੱਠਿਆਂ ਤੇ ਜਾਂਦੀ ਹੈ ਜਾਣ ਲਿਓ ਮਾਸ਼ਾਅੱਲਾ ਦੂਸਰਾ ਸੂਬਾ ਸੂਨਾ 6-7 ਦਿਨ ਲੈਣ ਡੇ ਮਾਸ਼ਾਅੱਲਾ ਜੀ ਲਿਆਵਾ ਅਮਰ ਭਾਈ ਬੰਨੋ ਤਿਆਰ ਹੋਈ ਵੈੜੀ ਸਾਡੀ ਹੈ 3,00,000 ਤੋਂ ਬਾਹਰ ਨਸਲ ਚੰਗੀ ਹੈ ਮਾਸ਼ਾਅੱਲਾ ਨਸਲ ਚੰਗੀ ਹੈ 3,50,000 ਦੀ ਜਿੱਥੇ ਮਰਜ਼ੀ ਖਲਾਰ ਵਿਕ ਜਾਂਦੀ ਹੈ ਤਿਆਰ ਹੋਈ ਕੱਚੀ ਦਾ ਰੇਟ ਲਾਣਾ ਇਸ ਵੀਡੀਓ ਦਾ ਠੀਕ ਹੈ 2,55,000 ਦੀ ਵੈੜੀ ਦਾ 2,55,000 ਪੈਕ ਜੀ ਦੀ ਅੱਜ ਦਾ ਨਸਲ ਭਰੀ ਹੈ ਤੇ ਰੇਟ ਦੋਸਤਾਂ ਚੈੱਕ ਕਰ ਲੈਣਾ ਜੀ 2,00,000 ਤੇ ਬੜਾ ਮਾਸ਼ਾਅੱਲਾ ਕੱਦ ਦੇ ਵੈੜੀ ਦਾ ਰੇਟ ਸਿਰਫ ਕੱਚੀ ਹੈ ਇਸ ਵਜ੍ਹਾ ਕੱਚੀ ਦਾ ਰੇਟ ਫਰਾ ਠੀਕ ਹੈ ਅੱਗੇ ਨੰਬਰ 4 ਤੇ ਆ ਗਈ ਲੈ ਕੇ ਜਾਓ ਜੀ ਅਮਰ ਭਾਈ ਚੱਕ ਲਓ ਬਸ ਤੇਜ਼ ਦਾ ਚੈੱਕ ਕਰਨਾ ਮਾਸ਼ਾਅੱਲਾ ਐਦਾ ਦੁੱਧ ਮੈਂ ਦੱਸਣਾ ਤਈਬ ਸਾਹਿਬ ਸਾਈਵਾਲ ਨਸਲ ਵੀ ਚੰਗੀ ਸਾਈਵਾਲ ਬ੍ਰਾਂਡ ਇੱਕ ਚੋਲਸਤਾਨ ਦਾ ਟੱਚ ਆ ਭਾਈ ਜੀ ਤੁਹਾਡਾ ਲੰਮੀ ਰੋਕ ਕੇ ਖਿਲਾਰ ਦਿਓ ਬਲਾਲ ਸਾਹਿਬ ਕਿੰਨਾ ਸੂਬਾ ਸੂਈ ਹੈ ਤਈਬ ਸਾਹਿਬ ਦੂਸਰਾ ਸੂ ਹੈ ਵੀ ਵੈੜੀ ਸੂਈ ਦੂਸਰਾ ਸੂਬਾ ਸੂਈ ਹੈ ਸੂਬਾ ਸੂਈ ਹੈ ਲੇਕਿਨ ਕੱਚਾ ਨਾ ਡੋਨਾ ਅੱਜ ਅੱਜ ਸੂਬਾ ਹੀ ਸੂਈ ਹੈ ਹਾਂਜੀ ਕੱਢੀਏ ਪਹਿਲੀ ਬੋਲੀ ਹਾਂਜੀ ਪਹਿਲਾ ਬੋਲਾ ਮਾਸ਼ਾਅੱਲਾ ਸਾਰਾ ਕੱਢਿਆ ਵੈੜੀ ਦਾ ਥਣ ਵੇਖ ਲੈਂਦੇ ਦੋਸਤਾਂ ਨੇ ਮਾਸ਼ਾਅੱਲਾ ਜੀ 16 ਮੋਟੇ ਪਾਵਰਫੁਲ ਥਣ ਲੱਗੇ ਜੀ ਜੀ ਪਿੱਛੇ ਬੱਚਾ ਮਾਸ਼ਾਅੱਲਾ ਵੇਖੋ ਲੈ ਨਾ ਰੋਨਾ ਹਾਲੇ ਕੱਚਾ ਭਾਈਆ ਬੱਚਾ ਪਿੱਛੇ ਹਾਂਜੀ ਬੱਚੇ ਦੀ ਬੰਨ ਵੇਖੋ ਵੇਖ ਲੈਣਾ ਮਾਸ਼ਾਅੱਲਾ ਜੀ ਬੰਨ ਵੇਖੋ ਅੱਜ ਸੁਬਾ ਹੀ ਸੂਈ ਹੈ ਤੇ ਬੰਨ ਵੇਖਣੀ ਹੈ ਦੋਸਤਾਂ ਨੇ ਮਾਸ਼ਾਅੱਲਾ ਤਈਬ ਸਾਹਿਬ ਆ ਬੰਨ ਮਾਸ਼ਾਅੱਲਾ ਵੇਖੋ ਹੋਣ ਹੀ ਨਾ ਇੱਕ ਦਿਨ ਦਾ ਵੀ ਨਹੀਂ ਹਲੇ ਹੋਇਆ ਕੁਝ ਕਹਿੰਦੇ ਆ ਭਾਈ ਹਾਂਜੀ ਵੇਖੋ ਇਹ ਬੱਚੇ ਨੇ ਜਿਹੜੇ ਕੁਰਬਾਨੀ ਦੇ ਵੇਖਦੇ ਨੇ ਨਾਲੇ 3-3 ਤੇ 4-4 ਲੱਖ ਦੇ ਤੇ 5 ਮਾਸ਼ਾਅੱਲਾ ਜੀ ਬਾਜੋ ਸਾਹਿਬ ਪਹਿਲੀ ਬੋਲੀ ਕੱਢੀ ਹੈ ਪਹਿਲਾ ਬੋਲਾ ਮਾਸ਼ਾਅੱਲਾ ਫਰਾਸ ਸਾਹਿਬ ਵੱਡੀਆਂ ਗਾਈਆਂ ਨੇ ਬੋਤਾ ਵੈੜੀ ਦਿੱਤਾ 11 ਕਿਲੋ ਪਹਿਲਾ ਬੋਲਾ ਕੱਢਿਆ ਮੁਕੰਮਲ ਚਵਾਈ ਕੀਤੀ ਮੁਕੰਮਲ ਚਵਾਈ ਕੀਤੀ ਬਈ ਲੈ ਗਿਆ ਇੱਧਰ ਲਿਓ ਪਾਣੀ ਲਿਓ ਤੇ ਨਸਲ ਸਾਈਵਾਲ ਨਸਲ ਸਾਈਵਾਲ ਤੇ ਚੋਲਸਤਾਨ ਸਾਈਵਾਲ ਜੀ ਮਾਸ਼ਾਅੱਲਾ ਜੀ ਸਿੱਧਾ ਹੀ ਲਈ ਨਸਲ ਚੰਗੀ ਹੈ ਗਰਮੀਆਂ ਦਾ ਵੀ ਕੋਈ ਹੋਲ ਭਾਰ ਨਹੀਂ ਪਾਣੀ ਆ ਪਾਸੇ ਲਿਬਾਸ ਵੀ ਦੋਸਤਾਂ ਨੇ ਚੱਕ ਲੈ ਲਈ ਪਿੱਛੇ ਦੇ ਬੱਚਾ ਵੀ ਅੱਜ ਸਵੇਰ ਹੀ ਸੂਈ ਹੈ ਪਹਿਲਵਾਨ ਮਾਸ਼ਾਅੱਲਾ ਫਰਾਸ ਸਾਹਿਬ ਸਾਈਵਾਲ ਚੋਲਸਤਾਨ ਨੇ ਦੋਸਤਾਂ ਨੂੰ ਵੇਖ ਲੈਣਾ ਮਾਸ਼ਾਅੱਲਾ ਨਾਲੇ ਹੋਮ ਬਰੀਡ ਆ ਪਾਕਿਸਤਾਨ ਦੇ ਮੌਸਮ ਚ ਬੜਾ ਮਾਸ਼ਾਅੱਲਾ ਇਹ ਫਰਾਜ਼ ਦੀ ਪਸੰਦੀਦਾ ਬਰੀਦ ਹੈ ਸੁਬੇਦਰ ਸਾਹਿਬ ਇਹਨੂੰ ਗਰਮੀਆਂ ਸ਼ਰਮੀਆਂ ਦੀ ਕੋਈ ਨਹੀਂ ਕੋਈ ਫਰਾਜ਼ ਸਾਹਿਬ ਤੋਂ ਪੇਪਰ ਮੱਝਾ ਕਰਾਂ ਇਧਰ ਨੂੰ ਕਰਾਂ ਕਰਮਾ ਜੀ ਚਲੋ ਠੀਕ ਹੈ ਅਲੀ ਜੀ ਬਲਾਲ ਭਾਈ ਤਈਆ ਸਾਹਿਬ ਨੰਬਰ 4 ਦਾ ਰੇਟ ਕਿਹੇ ਭਰਾ ਨੂੰ ਪਸੰਦ ਆਇਆ ਇਹਦਾ ਪੈਕੇਜ ਜੀ ਅੱਜ 2,50,000 ਦੀ 2,50,000 ਵੈਰ ਨੰਬਰ 4 ਸੀ ਸਾਈਵਾਲ ਤੇ ਚੋਲਸਤਾਨੀ ਕਰਾਸ ਮਾਸ਼ਾਅੱਲਾ ਜੀ ਪਿੱਛੇ ਦੇ ਬੱਚਾ ਵੀ ਚੰਗਾ ਜੇ 14-15 ਕਿਲੋ ਤੋਂ ਦੁੱਧ ਘੱਟ ਦੇ ਨੇ ਤੇ ਮੇਰੇ ਨੂੰ ਕਰੋ ਤਾਂ ਮੈਨੂੰ ਲਾਮਾ ਦੇਵੇ ਇਸ ਗਾਂ ਦਾ ਠੀਕ ਹੈ 14-15 ਕਿਲੋ ਤੋਂ ਇਹਨਾਂ ਨੀਰ ਰੱਬ ਨੇ ਬੜਾ ਲਾਇਆ 50,000 ਜੀ ਮਾਸ਼ਾਅੱਲਾ ਜੀ ਅੱਗੇ ਨੰਬਰ 5 ਤੇ ਆ ਗਈ ਹਾਂਜੀ 1-2-3-4-5 ਲਵਾਓ ਭਾਈ ਚੱਕਰ ਇੱਥੇ ਕਲਾ ਪ੍ਰਿੰਟ ਦੋਸਤਾਂ ਨੂੰ ਵੇਖ ਲੈਣਾ ਮਾਸ਼ਾਅੱਲਾ ਜੀ ਪ੍ਰਿੰਟ ਬੜਾ ਪਿਆਰਾ
ਛੂਆ ਦੂਸਰਾ ਵੀ ਭਰਾ ਸਾਹਿਬ ਥੱਲੇ ਪੂਰੀ ਖਾਣ ਮਾਸ਼ਾਲਾ ਬੜਾ ਪਿਆਰਾ ਲੱਗਾ ਬੈਡ ਅਰਵੇਲ ਦੋਸਤਾਂ ਨੂੰ ਵੇਖ ਲੈਣੀ ਹਾਈਟ ਵੀ ਦੋਸਤਾਂ ਨੂੰ ਵੇਖ ਲਈ ਤੇ ਚਿਹਰਾ ਵੀ ਵੇਖ ਲੈਣਾ ਮਾਸ਼ਾਲਾ ਜੀ ਖਾਣ ਬੜੇ ਪਿਆਰੇ ਲੱਗੇ ਨੇ ਆਹ ਖਾਣ ਵੀ ਚੈੱਕ ਕਰ ਲਓ ਜੀ ਕਾਲੇ ਪੀਕ ਭਾਈ ਲਾਈਓ ਸੁਬਾ ਦੂਸਰਾ ਸੁਣਾ ਹਾਂਜੀ ਸੁਬਾ ਦੂਸਰਾ ਅੰਮ੍ਰਿਤ ਦੇ ਲੈ ਦਿਨ ਅੱਠ ਤੋਂ ਦਸ ਲੈਣ ਡੇ ਮਾਸ਼ਾਲਾ ਜੀ ਦਿਨ ਦਸ ਲੈਂਦੇ ਦਸ ਕੁ ਦਿਨ ਲੈਣ ਡੇ ਆਇਆ ਲੈ ਕੱਚੀ ਹੈ ਤੇ ਰੇਟ ਵੀ ਇਨਸ਼ਾਅੱਲਾ ਮਕੂਲ ਹੋ ਜਾਂਦਾ ਭਰਾ ਸਾਹਿਬ ਇਸ ਵੀਡੀਓ ਦਾ ਰੇਟ ਹੋਏਗਾ ਇਹਦਾ ਜਿਹੜਾ ਨਾ ਜਿਵੇਂ ਦਾ ਰੈੱਡ ਫ੍ਰੀਜ਼ ਦਾ ਪਿਆਰਾ ਜਿਹਾ ਰੇਟ ਪਾਇਆ ਜਿਸ ਨਾਲ ਕੋ ਮੌਸਮ ਨਹੀਂ ਖੋਲਦੇ ਪਏ ਤਾਂ ਮਹਿੰਗੀਆਂ ਹੋਣ ਜੀਆਂ ਨੇ ਹਾਂਜੀ ਦੱਸਾਂ ਤਾਂ ਹੁਣ ਮੇਰੇ ਸੋਹਣੇ ਮਾਲ ਦੇ ਕਰਮ ਜਿਹਦੇ ਸੂਬੇ ਕਿ ਉਧਰ 50,000 ਦਾ ਰੇਟ ਵਧਿਆ ਹੈਗਾ ਅੱਜ ਦੇ ਰੇਟ ਮੌਸਮ ਵੀ ਖੁੱਲ ਜਾਣਾ ਹੋਰ ਜ਼ਿਆਦਾ ਖੁੱਲ ਜਾਣਾ ਜੀ ਜੀ ਹਾਂਜੀ ਭਰਾ ਨੂੰ ਪਸੰਦ ਆਏ ਤੇ ਸਾਹਿਬ ਐਡੀ ਦੇਖ ਲਾਂਗੇ ਜੇ 2,00,000 ਤੇ 20,000 ਨੰਬਰ 5 ਤੇ ਚੈੱਕ ਕਰੋ ਜੀ ਕੀਮਤ ਮਾਨ 2,00,000 ਤੇ ਯਾਰ ਹੋਈ ਬੱਚੀ 270 ਰੁਪਏ ਪ੍ਰਿੰਟ ਵੇਖਣਾ ਪ੍ਰਿੰਟ ਵੀ ਮਾਸ਼ਾਅੱਲਾ ਬੜਾ ਪਿਆਰਾ ਜੀ ਅੱਗੇ ਨੰਬਰ 6 ਤੇ ਇਧਰ ਕਰ ਲਾ ਭਰਾ ਇਧਰ ਹਾਂਜੀ ਨੰਬਰ 6 ਤੇ ਮਾਸ਼ਾਅੱਲਾ ਰੈੱਡ ਫ੍ਰੀਜ਼ੀਅਨ ਰੈੱਡ ਫ੍ਰੀਜ਼ੀਅਨ ਹਾਂਜੀ ਤੇ ਚੋਲੋ ਸਾਹਿਬ ਨਹੀਂ ਕਰਾਸ ਚੋਲੋ ਸਾਹਿਬ ਨਹੀਂ ਕਰਾਸ ਠੀਕ ਹੈ ਇਹਨੂੰ ਤੇਬ ਸਾਹਿਬ 1 ਮਹੀਨਾ ਹੋ ਗਿਆ ਸੂ ਜੀ 1 ਮਹੀਨਾ ਹੋ ਗਿਆ ਸੂ 1 ਮਹੀਨਾ ਭਾਈ ਉਹ ਚੱਕਰ ਲਵਾਓ 10 ਦਿਨ ਦਾ ਰੱਦ ਕਰਨੇ ਆ ਬੱਚੀ ਵੇਖ ਜ਼ਰਾ ਕਿ ਬੱਚੀ ਕਿਹੜਾ ਖਾਣਾ ਖਾ ਹੈ ਨਾ ਅਲੀ ਕੁਝ ਵੀ ਕੰਮ ਕਰ ਆ ਖਾਣਾ ਖਾ ਬੱਚੀ 1 ਮਹੀਨੇ ਦੀ ਬੱਚੀ ਮਾਸ਼ਾਅੱਲਾ ਤੇ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਨੇ ਦੂਰ 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 ਲਾਗ ਲਈਦਾ ਮਾਸ਼ਾਅੱਲਾ ਜੀ ਹਾਂਜੀ 1 ਮਹੀਨੇ ਦੀ ਬੱਚੀ ਹਾਂਜੀ 1 ਮਹੀਨੇ ਲਿਆਓ ਭਾਈ ਗਾਂ ਲਿਆਓ ਇੱਧਰ ਕਰ ਸੁਬਾ ਦੂਸਰਾ ਸੂਈ ਬਲਾਲ ਸਾਹਿਬ ਹਾਂਜੀ ਸੁਬਾ ਦੂਸਰਾ ਠੀਕ ਵੈਰੀ ਗੁੱਡ ਇਸ ਟਾਈਮ ਪੱਕਾ 9 ਕਿਲੋ ਦੁੱਧ ਹੋਏਗਾ ਤੇ ਸਾਹਿਬ 9 ਕਿਲੋ ਦੁੱਧ ਇਸ ਟਾਈਮ ਹਾਂਜੀ 1 ਮਹੀਨੇ ਦੀ ਸੂਈ ਹੈ ਇੱਕ ਟੋਟਲ ਹੀ ਦੱਸ ਦਿਓ ਜਾਨ ਨੂੰ ਤੇ ਨਹੀਂ ਛੱਡਦੇ ਨਹੀਂ ਜਾਨ ਨੂੰ ਹਾਂਜੀ ਟੋਟਲ ਦੁੱਧ 9 ਕਿਲੋ ਵੈਰੀ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਨੂੰ ਵੇਖ ਲੈਣਾ ਤੇ ਨਸਲ ਕੀ ਹੈ ਬਾਜੋ ਸਾਹਿਬ ਰੈੱਡ ਫ੍ਰੀਜ਼ੀਅਨ ਤੇ ਚੋਲਸਤਾਨ ਨਹੀਂ ਕਰਾਸ ਰੈੱਡ ਫ੍ਰੀਜ਼ੀਅਨ ਤੇ ਚੋਲਸਤਾਨ ਨਹੀਂ ਇਹਨਾਂ ਦਾ ਖਾਨ ਚੈੱਕ ਕਰਵਾ ਲਿਓ ਦੋਸਤਾਂ ਨੂੰ ਅਗਲਾ ਲੱਤਾਂ ਦੇ ਇੱਧਰ ਕਰ ਲੈ ਪਿੱਛੋਂ ਪਿੱਛੋਂ ਇਹ ਤਾਂ ਮਾਸ਼ਾਅੱਲਾ ਚੈੱਕ ਸਾਲ ਨਾ ਕਰੋ ਸੌ ਬੜੀ ਸ਼ਰਫ ਦੋਸਤਾਂ ਚੈੱਕ ਕਰ ਲੈਣੀ ਮਾਸ਼ਾਅੱਲਾ ਜੀ ਦੇ ਲਿਬਾਸ ਓਏ ਸੂਬੇਦਾਰੀ ਹੱਥ ਲਾਏ ਤੇ ਪੈਰ ਆਰਾਮ ਨਾਲ ਹੱਥ ਰੱਖਦੀਆਂ ਨੇ ਚਲੋ ਤੇ ਸਾਰੇ ਨੂੰ ਚੜਪਾ ਨਹੀਂ ਆ ਪਿੱਛੇ ਵੀ ਦੋਸਤਾਂ ਨੂੰ ਰਸਾ ਵੇ ਪੈਕ ਜੀ ਰੈੱਡ ਫ੍ਰੀਜ਼ੀਅਨ ਤੇ ਚੋਲਾ ਸਾਨੀ ਕਰਾਸ 1 ਮਹੀਨੇ ਦੀ ਸੂਈ ਹੈ ਪਿੱਛੇ ਤੇ ਬੱਚੀ ਹੈ ਤੇ ਬੱਚੀ ਵੀ ਸਿਹਤਮੰਦ ਹੈ ਲੈ ਗਿਆ ਤੇ ਬੱਚੀ ਵੀ ਜਰਸੀ ਜਰਸੀ ਬੱਚੀ ਹੈ ਰੈੱਡ ਫ੍ਰੀਜ਼ੀਅਨ ਨਾਂ ਲਈਦਾ ਵੇਖੋ ਜਰਸੀ ਪਿਆਰ ਜਰਸੀ ਜੇ ਹਾਂਜੀ ਬਾਜਵਾ ਸਾਹਿਬ ਲਾਓ ਹਾਂਜੀ ਵੈਰ ਨੰਬਰ 6 ਦਾ ਰੇਟ ਇਹ ਸਭ ਕਿਹ ਭਰਾ ਨੂੰ ਪਸੰਦ ਹੈ ਵੈਰੀ ਦੇਖਣ ਜੀ 1,95,000 ਦੀ 1,95,000 ਇਹ ਸੂਆ ਦੁੱਧ ਪੀ ਕੇ ਬੱਚੀ ਦੇ ਗਾਂ ਫੇਰ ਵੱਧ ਕੇ ਵਿਕਣ 1 ਮਹੀਨੇ ਦੀ ਸੂਈ ਹੈ ਲੈ ਹਾਂਜੀ ਠੀਕ ਹੈ ਸੂਆ ਇਹਦਾ ਹੋ ਵੀ ਗਿਆ ਨਾ ਬੱਚੀ ਤੇ ਇਹ ਯਕੀਨ ਕਰੋ ਕਿ ਇੱਕ ਜਿੰਨੇ ਦੀ ਲੈ ਕੇ ਜਾਏਗਾ ਉਦੋਂ ਵੱਧ ਹੀ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਮਾਸ਼ਾਅੱਲਾ ਜੀ 1,95,000 ਅੱਗੇ ਨੰਬਰ 6 ਤੇ ਹੁਣ ਅੱਗੂ ਸਾਰੇ ਬ੍ਰਾਂਡ ਹੀ ਸ਼ੁਰੂ ਹੋ ਗਏ ਨੇ ਜਨਾਬ ਬਲਾਲ ਸਾਹਿਬ ਦੇ ਲੈ ਕੇ ਆਉਂ ਭਾਈ ਸਾਹਿਬ ਪਿੰਕ ਨੋਜ਼ ਵਾਲੀ ਮਾਸ਼ਾਅੱਲਾ ਬੱਚੀ ਹਾਂਜੀ ਆ ਪਿੱਛੇ ਬੱਚੀ ਬੱਚਾ ਬੱਚਾ ਪਿੱਛੇ ਰੇਲ ਭਰੀ ਹੈ ਬੱਚੀ ਮਾਸ਼ਾਅੱਲਾ ਦੇਖੋ ਇਹਦਾ ਵੀਡੀਓ ਦੇਖੋ ਚਲੋ ਭਾਈ ਯਾਰ ਲਵਾਓ ਚੱਕਰ ਜ਼ਰਾ ਲਵਾ ਜੀ ਬਾਜੋ ਸਾਹਿਬ ਕੀ ਤਸਵੀਰ ਲਈ ਸੋਹਣੇ ਮਾਲਕ ਦੇ ਕਰਮ ਨਾਲ ਕਿੰਨਾ ਸੋਹਣਾ ਸੂਈ ਇਹ ਵੈੜੀ ਦੂਸਰਾ ਸੂਆ ਸੂਈ ਤਕਰੀਬਨ 4 ਕ ਦਿਨ ਹੋ ਗਏ ਨੇ ਸੂਈ ਠੀਕ ਹੈ ਪਿੱਛੇ ਬੱਚਾ ਹਾਂਜੀ ਦੁੱਧ ਦੀ ਕੀ ਤਸਵੀਰ ਦੁੱਧ 13 ਕਿਲੋ ਇਸ ਟਾਈਮ ਵੈੜੀ ਮੇਰੇ ਬੜਾ ਪਿਆਰਾ ਜੀ ਤਈਬ ਸਾਹਿਬ ਮੇਰੇ ਭਰਾਵਾਂ ਨੇ ਕੀ ਖੱਟਣਾ ਤੇ ਕਮਾਣਾ ਐ ਵੇਖੋ ਕੀ ਐਂਜ ਗੋਏ ਨਾਲ ਸੀ ਨਾ ਜਦੋਂ ਮੈਂ ਲਈ ਤਾਂ ਮੈਂ ਉਹਨਾਂ ਨੂੰ ਆਖਿਆ ਉਹ ਉਹ ਅੱਲਾ ਦੇ ਉਹ ਬੰਦੇ ਹੋ ਇਹਨੂੰ ਕਮ ਅਜ਼ ਕਮ ਕਿਤੇ ਨਵਾ ਵੀ ਛੱਡਾਂ ਉਹ ਆਂਦੇ ਹਣ ਸਿਆਲ ਸਿਆਜ ਕੀ ਨਾ ਇਹ ਸਾਰਾ ਵਾਲ ਗੋਏ ਦੇ ਨਾਲ ਸਾਰਾ ਲਾਇਆ ਉੱਤੇ ਵੀ ਗੋਏ ਆ ਸਫਾਈ ਕੀਤੀ ਤੂੰ ਚੰਗੀ ਮਾਰ ਅੱਜ ਨਹੀਂ ਇਹਨੂੰ ਇਹ ਨਹੀਂ ਸ਼ਰਮ ਸਾਰੇ ਤੇ ਲਿਬਾਸ ਇਹਦਾ ਸਾਰਾ ਅਗਲੇ ਅੰਬਰ ਨੂੰ ਦੋਸਤ ਨੇ ਚੈੱਕ ਕਰਨਾ ਮਾਸ਼ਾਅੱਲਾ ਜੀ 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 ਸਾਉ ਵੀ ਮਾਸ਼ਾਅੱਲਾ ਬੜੀ ਲਿਬਾਸ ਵੀ ਵੇਖ ਹਾਂਜੀ ਇਹ ਵੇਖੋ ਸਾਉ ਸ਼ਰਾਫਤ ਵੀ ਦੋਸਤ ਨੇ ਦੁੱਧ ਵੀ ਚਿੱਟਾ ਮੱਝਾਂ ਤਰ੍ਹਾਂ ਦੇਖੋ ਬੱਚੇ ਦੀ ਰਵੇਲ ਭਰੀ ਮਾਸ਼ਾਅੱਲਾ ਜੀ ਪਿੱਛੇ ਆਇਆ ਸੋਹਣੇ ਮਾਲਕ ਦੇ ਕਰਮ ਨਾਲ
ਲਿਬਾਸ ਪਿਛਲੀ ਸਾਈਡ ਤੋਂ ਵੀ ਦੋਸਤਾਂ ਨੂੰ ਚੈੱਕ ਕਰ ਲੈਣਾ ਜੀ। ਜੀ ਬਾਜਵਾ ਸਾਹਿਬ ਵੈਲ ਨੰਬਰ 6 ਸੀ 2,85,000 ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਇਹ ਨੀ ਨਾ ਅਗਲੇ ਦਾ ਪਿੱਛੇ ਵੀ ਵੇਖੋ ਤੇ ਪੂਰੀ ਵੀਡੀਓ ਲੰਘ ਗਈ। ਤੈਨੂੰ ਕੋਈ ਇਖਤਿਆਰ ਹੈ ਕੋਈ ਡਾਊਨ ਕਰਾਰ ਸੁਣਾ ਕੇ ਲਈਦਾ ਇਹ ਮਾਸ਼ਾਅੱਲਾ ਰੇਟ ਲਾਇਆ ਜਾਇਜ਼ 5 ਲਾ ਬਲਾ ਲੈਣਾ ਪਰ ਜ਼ਿਆਦਾ ਲਾ ਲੇਗੇ ਫੇਰ ਵੀ 5 ਬਲਾਲ ਸਾਹਿਬ ਲਾ ਦਿਓ ਅੱਜ 370 ਫਰਾਜ਼ ਦੀ ਸਿੱਧੇ ਲੱਥ ਗਿਆ ਰੇਟ ਅਜੇ ਫਾਈਨਲ ਜੇ ਮਾਸ਼ਾਅੱਲਾ ਜੇ 75 ਹੋਏ ਤਾਂ 70 ਕਰੋ ਜੇ 55 ਹੋਏ ਤਾਂ 50 ਕਰੋ ਉਹਨਾਂ ਦਾ ਫਾਈਨਲ 370 ਹੋ ਗਿਆ। ਹਾਂਜੀ ਮਾਸ਼ਾਅੱਲਾ ਜੀ ਅੱਗੇ ਨੰਬਰ 9 ਤੇ ਆਖਰੀ ਗਾਂ ਆ ਬ੍ਰੈਂਡ ਫਰਾਜ਼ ਸਾਹਿਬ ਤੋਹਫਾ ਇਹ ਭਰਾਵਾਂ ਵਾਸਤੇ ਅੱਜ ਇੱਥੇ ਕੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਇਹ ਅਗਲੀ ਵੀਡੀਓ ਤੇ ਇਹਦਾ ਮੁੱਲ ਵੀ ਲਾਵਾਂਗੇ ਸਿਰਫ ਖਾਣੀ ਹੈ ਸ਼ੋਅ ਕਰਵਾਣਾ ਦੋਸਤਾਂ ਨੂੰ ਅੱਜ ਪੁਰਾਣਾ ਸਿਰਫ ਦੋਸਤਾਂ ਨੂੰ ਤੇਬ ਸਾਹਿਬ ਐਡੀ ਰਵੇਲ ਬੜੀ ਮਾਸ਼ਾਅੱਲਾ ਜੀ ਮੈਂ ਰਵੇਲ ਚੈੱਕ ਕਰਵਾਣਾ ਦੋਸਤਾਂ ਨੂੰ ਤੇ ਪ੍ਰਿੰਟ ਵੀ ਬੜਾ ਪਿਆਰਾ ਨਸਲੀ ਸਿੰਘ ਵੀ ਮਾਸ਼ਾਅੱਲਾ ਕਰਾਂ ਜੈਨਵਨ ਸਿੰਘ ਦੂਸਰਾ ਸੂਆ ਐ ਵੀ ਚੁੰਗੀ ਹੈ ਵੇਖੋ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਤੇਬ ਸਾਹਿਬ ਲਿਬਾਸ ਚੰਗਾ ਘੜਦੀ ਵੀ ਮਾਸ਼ਾਅੱਲਾ ਜੀ ਦਿਨ ਕਿੰਨੇ ਕੁ ਲੈਣ ਡਈ ਹੈ ਬਲਾ ਸਾਹਿਬ ਕੀ ਕਰਦੇ ਹੋ ਪਏ ਦਿਨ ਸੂਬੇਦਾਰ ਸਾਹਿਬ ਦਿਨ ਕਿੰਨੇ ਕੁ ਲੈਂਦੀ ਹੈ ਵੀ ਹਾਂਜੀ ਉਧਰ ਬੰਦੇ ਨਵੇਂ ਭਰਤੀ ਹੋਏ ਇਹਦੇ ਬੰਦੇ ਕੋਈ ਗੱਲ ਨਹੀਂ ਵੈਸੇ ਵੀ ਉਹ ਕਿੱਧਰ ਕਿੱਧਰ ਲਿਆਉਂਦੇ ਹੋ ਪਏ ਹਾਂਜੀ ਤੁਹਾਡੇ ਨਾਲ ਦੋ ਬੰਦੇ ਹੋਏ ਦਿਨ ਕਿੰਨੇ ਕਲੈਂਡ ਹੈ ਜੀ ਦੱਸ ਲੈਂਦੀ ਹੈ ਮਾਸ਼ਾਅੱਲਾ ਜਿਆ ਵੇਖੋ ਸੂਆ ਦੂਸਰਾ ਯਕੀਨ ਕਰੋਗੇ ਹੈਵੀ ਸੀਲ ਸੂਆ ਹਾਂਜੀ ਜਿਹੜੇ ਬਾਬੇ ਕੋਲ ਲਈ ਨਾ ਯਕੀਨ ਕਰੋ ਆਂਦਾ ਮੇਰੀ ਵਾਰੀ 32 ਕਿਲੋ ਦੁੱਧ ਪਹਿਲਾਂ ਚੋਂਦੇ ਰਹੇ ਇਹਦੇ ਕੋਲ 32 ਕਿਲੋ ਪਹਿਲਾਂ ਮੈਂ ਬਾਬੇ ਦੀ ਦੁਕਾਨ ਤੇ ਗਿਆ ਮੈਂ ਬਾਬਾ ਜਾ ਯਾਰ ਅੱਜ ਤੇਰੀ ਦੁਕਾਨ ਤੇ ਲੈਣਾ ਬਾਬਾ ਦਾ ਇਹਨੂੰ ਸਵਾਗ ਦੇ 32 ਕਿਲੋ ਦੁੱਧ ਦਿੰਦੀ ਰਹੀ ਵੇਖੋ ਥਾਣ ਮਾਸ਼ਾਅੱਲਾ ਮੇਰੇ ਲੈਂਡੀ ਮਾਸ਼ਾਅੱਲਾ ਜੀ ਸੂਆ ਦੂਸਰਾ ਥਾਣ ਬਾਰੇ ਸੁਣਨ ਦੇ ਦੋਸਤਾਂ ਨੂੰ ਚੈੱਕ ਕਰ ਦੇਣ ਮਾਸ਼ਾਅੱਲਾ ਜੀ ਜੀ ਜਗ੍ਹਾ ਵੀ ਲੈ ਕਾਫੀ ਹੈ ਮੈਂ ਕਿਹੜੇ ਵੀ ਲਿਬਾਸ ਇਨਸ਼ਾਅੱਲਾ ਚੰਗਾ ਹਾਂਜੀ ਜੀ ਜੀ ਹਾਂਜੀ ਕੁਝ ਵੀ ਨਹੀਂ ਥਾਣ ਵੇਖੋ ਮੈਂ ਥਾਣ ਵਗਰ ਬਖਾਨਾ ਬੇਟਾ ਅੱਗੋਂ ਵੀ ਥਾਣ ਵਿਖਾਓ ਬਲਾ ਸਾਹਿਬ ਥਾਣਾਂ ਦੀ ਗਾਰੰਟੀ ਹੋਦੀ ਨਾ ਥਾਣਾਂ ਦੀ ਹਾਂਜੀ ਥਾਣ ਬਿਲਕੁਲ ਠੀਕ ਹੈ ਅਗਰ ਇਹ ਤੋਂ ਬਾਅਦ ਦੋਸਤਾਂ ਨੂੰ ਚੈੱਕ ਕਰਵਾ ਲੈ ਬਾਜਨ ਸਾਹਿਬ ਦੀ ਨਸਲ ਵੀ ਦੱਸੋ ਦੋਸਤਾਂ ਨੂੰ ਮਾਸ਼ਾਅੱਲਾ
ਲਿਬਾਸ ਵੀ ਚੰਗਾ ਕਰ ਦਈਏ ਮੈਂ ਮਾਸ਼ਾਅੱਲਾ ਜਹਾਜ਼ ਤੋਂ ਦੱਸ ਦੇ ਨਾ ਲੈ ਨੇ ਲੈਣੇ ਨੇ ਸੱਜਣ ਸਾਹਿਬ ਪੁੱਠਾ ਵੀ ਦੋਸਤ ਬਸ ਤੋਂ ਵੱਡਾ ਕੀ ਹੁੰਦਾ ਜਹਾਜ਼ ਬਸ ਤੁਸੀਂ ਵੀ ਦੱਸ ਚੜੋ ਕਿ ਫਰਾਜ਼ ਦੇ ਅਗੜਾ ਸਾਰੀ ਵੀਡੀਓ ਬੜੀ ਹੈ ਕੋਈ ਉਹਦੇ 'ਚ ਸ਼ੁਗਲ ਨਹੀਂ ਹੋਇਆ ਫੇਰ ਲਈ ਉਹਦੇ ਅਗੜਾ ਉਹਨੇ ਅਗੜਾ ਬੁੱਸੀ ਬੁੱਸੀ ਵੀਡੀਓ ਬਣਾਈ ਹੈ ਉਹ ਬਸ ਤੋਂ ਅੱਗੇ ਕੀ ਹੁੰਦਾ ਜਹਾਜ਼ ਹੀ ਹੁੰਦਾ ਆਹ ਤੇ ਮੈਂ ਜਹਾਜ਼ ਕਬੂਲ ਕਰ ਜਹਾਜ਼ ਹੀ ਫਿਰ ਮਾਸ਼ਾਅੱਲਾ ਮਾਸ਼ਾਅੱਲਾ ਲਿਬਾਸ ਤੋਂ ਅਸਰ ਵੇਖ ਲੈਣਾ ਹਲੇ ਕੱਚੀ ਤੇ ਸਾ ਵੇਖੋ ਹੋਰ ਤੂੰ ਦੱਸ ਦੇ ਬੰਦੇ ਆ ਵੇਖੋ ਜੀ ਜਗ੍ਹਾ ਵੇਖੋ ਮਾਸ਼ਾਅੱਲਾ ਜਗ੍ਹਾ ਕੀ ਨਹੀਂ ਮੇਰੀ ਬਿਲਕੁਲ ਕੱਚੀ ਇੱਥੇ ਮਾਸ਼ਾਅੱਲਾ ਜੜਾ ਲਿਆ ਇਹ ਪੂਰਾ ਫੜੋ ਫੜੋ ਤਾਂ ਜੀ ਲਿਆ ਉਹ ਕੇ ਮੱਝ ਖੋਲ ਕੇ ਇਹਦਾ ਲਾਣਾ ਰੇਟ ਨਹੀਂ ਫਰਾਜ਼ ਨਹੀਂ ਰੇਟ ਨਹੀਂ ਹਲੇ ਕੱਚੀ ਹੈ ਬੈੜੀ ਤਿਆਰ ਹੋਈ ਅਮਨ ਲਵਾਰੀ ਕੋਲ ਛੂਪੇ ਤੇ ਕਿਸੇ ਭਰਾ ਨੂੰ 32 ਤੇ 30 ਕਿਲੋ ਦੁੱਧ ਚਵਾ ਕੇ ਦਾਂਗੇ ਲਾ ਦੇ ਤਿਆਰ ਕਰਕੇ ਇੱਕ ਮਾਰੇ ਤੇ ਰੱਖ ਵੇਖੋ ਨਾ ਮਾਸ਼ਾਅੱਲਾ ਅਰ ਕੇ ਦੋਸਤ ਨੂੰ ਪਸੰਦ ਆ ਗਈ ਰੇਟ ਫੋਨ ਤੇ ਦਾਂਗੇ ਰੇਟ ਫੋਨ ਤੇ ਪਿਆਰ ਮੁਹੱਬਤ ਵੀ ਇਨਸ਼ਾਅੱਲਾ ਤਾਲਾ ਪਿਆਰ ਮੁਹੱਬਤ ਵੇਖੋ ਆ ਝੋਟੀ ਆ ਚੈੱਕ ਕਰੋ ਮਾ ਇੱਕ ਹੀ ਝੋਟੀ ਆ ਪਹਿਲਾਂ ਕੱਟੀ ਹੈ ਮਾਸ਼ਾਅੱਲਾ ਜੀ ਲਿਬਾਸ ਦੋਸਤ ਨੂੰ ਵੇਖ ਲੈਣਾ ਥਣ ਬਾਰੇ ਸੋਹਣੇ ਲੱਗੇ ਨੇ ਪਹਿਲੇ ਲੋਕ ਮਾਸ਼ਾਅੱਲਾ ਹਾਂਜੀ ਆ ਪੁੱਠਾ ਵੀ ਵੇਖ ਲੈਣਾ ਬਾਈ ਇਹਦਾ ਚਿਹਰਾ ਵੀ ਚੈੱਕ ਕਰਵਾ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ ਸਿੰਘ ਵੇਖ ਲੈਣਾ ਮਾਸ਼ਾਅੱਲਾ ਛੋਟੇ ਕੁੰਡੇ ਕਾਲੀਆਂ ਖਾਂਦੂ ਅੱਖਾਂ ਦੀ ਰਗਨ ਵੀ ਸੇਮ ਹੈ ਮਾਸ਼ਾਅੱਲਾ ਬਾਈ ਲਵਾਓ ਚੱਕਾ ਪਿੱਛੇ ਕੱਟੀ ਹੈ ਠੀਕ ਹੈ ਡੇਢ ਕੁ ਮਹੀਨਾ ਹੋ ਗਿਆ ਸੋਇਆ ਕੱਟੀ ਹੈ ਕੱਟਾ ਪਿੱਛੇ ਪਿੱਛੇ ਕੱਟਾ ਹੈ ਪਿੱਛੇ ਕੱਟਾ ਬਣਾ ਲਾਂਦਾ ਕੱਟਾ ਜੀ ਕੱਟਾ ਕੱਟਾ ਵੀ ਸਿਹਤਮੰਦ ਡੇਢ ਕੁ ਮਹੀਨਾ ਹੋ ਗਿਆ ਤੇ ਬਾਜਵਾ ਸਾਹਿਬ ਦੁੱਧ ਕੀ ਦੂਆ ਟਾਈਮਾਂ ਦਾ ਦੁੱਧ ਤਾਂ ਇਹਦੇ ਕੋਲ 10 ਕਿਲੋ ਜਿਹਾ ਟੈਂਪਰ ਟੋਟਲ 10 ਕਿਲੋ ਹਾਂਜੀ ਤੇ 10 ਕਿਲੋ ਦੀ ਗਾਰੰਟੀ ਹਾਂਜੀ ਵੇਖੋ ਟੋਰ ਵੇਖੋ ਤੇ ਫਿਰ ਵੇਖੋ ਮੇਰੇ ਸੋਹਣੇ ਮਾਲਕ ਦੇ ਕਲਰ ਨਾਲ ਤਾਂ ਵੀ ਦੋਸਤਾਂ ਨੂੰ ਵੇਖ ਲੈਣਾ ਸਿੰਗਲ ਲੱਡੀ ਆ ਜੀ ਫਰਾਦਾਂ ਦਾ ਗੋਲ ਮਟੋਲ ਵੀ ਇਹ ਚਲੋ ਗੋਲ ਅੱਜਾ ਕਰੋ ਮਾਸ਼ਾਅੱਲਾ ਹਾਂ ਦੋਸਤਾਂ ਨੂੰ ਵੇਖ ਲੈਂਦੇ ਨੇ ਲਿਬਾਸ ਵੀ ਚੈੱਕ ਕਰ ਲੈਣਾ ਤੇ ਪੁੱਠਾ ਵੀ ਵੇਖ ਲੈਣਾ ਜੀ ਬਾਜੋ ਸਾਹਿਬ ਝੋਟੀ ਦਲਾ ਉਹ ਰੇਟ ਇੱਕ ਹੀ ਝੋਟੀ ਆ ਜੀ ਇਹ ਸਭ ਕਿਸੇ ਭਰਾ ਨੂੰ ਪਸੰਦ ਹੈ 2.65 ਦੀ ਝੋਟੀ 2 ਲੱਖ ਤੇ 65 ਹਜ਼ਾਰ ਦੀ ਡੇਢ ਮਹੀਨਾ ਹੋ ਗਿਆ ਸੋਹਣਾ 10 ਕਿਲੋ ਦੁੱਧ 10 ਕਿਲੋ ਪਹਿਲਾਂ ਮਾਸ਼ਾਅੱਲਾ ਜੀ ਅੱਗੇ ਕੱਟੀਆਂ ਨੇ ਮਾਸ਼ਾਅੱਲਾ ਜੀ ਜੋੜੇ ਦੇ ਇਕੱਠੇ ਦੇ ਦੋ ਕੱਟੀਆਂ ਨੇ ਮਾਸ਼ਾਅੱਲਾ ਜੀ ਖੂਬਸੂਰਤੀ ਵੀ ਦੋਸਤਾਂ ਨੇ ਵੇਖ ਲੈਣੀ ਹੈ ਸਿੰਘ ਬਾਰੇ ਸੋਹਣੇ ਨੇ ਜੀ ਕੁੰਡੇ ਬਿਲਕੁਲ ਛੋਟੇ ਛੋਟੇ ਲੱਖਾਂ ਦੀਆਂ ਫਰਾਜ਼ ਦਾ ਮਾਸ਼ਾਅੱਲਾ ਬੜੀਆਂ ਪਿਆਰ ਆ ਦੂਰ ਦੂਰ ਫਰਾਜ਼ ਸਾਹਿਬ ਇਹ ਨੰਬਰ 1 ਤੇ ਵੇਖ ਲਓ ਜੀ ਮਾਸ਼ਾਅੱਲਾ ਜੀ ਇਹਦੀ ਹਾਈਟ ਜ਼ਿਆਦਾ ਹੈ ਦੂਜੀ ਨਾਲੋਂ ਲਾਰੋ ਕੱਟਾ ਵੀ ਚੰਗਾ ਮਾਸ਼ਾਅੱਲਾ ਸਿੰਘ ਆ ਵੇਖੋ ਥਾਂ ਤੇ ਬੜੇ ਸੋਹਣੇ ਲੱਗੇ ਨੇ ਥਾਂ ਦੇਖੋ ਆਂਦੇ ਨੇ ਫੁੱਟ ਫੁੱਟ ਤੇ ਥਾਣਾ ਦਾ ਮੁੱਲ ਕੋਈ ਨਹੀਂ ਮਾਸ਼ਾਅੱਲਾ ਜੀ ਸੋਹਣੇ ਮੋਟੇ ਬਲਾਜੇ ਦਾ ਮੁੱਲ ਆ ਬਜੋ ਸਾਹਿਬ 1 ਲੱਖ ਰੁਪਏ ਦੀ ਤੇਜ਼ ਸਾਹਿਬ 1 ਲੱਖ ਰੁਪਏ ਜਿਹੜਾ ਚਿਹਰਾ ਚੈੱਕ ਕਰਵਾਉਣਾ ਦੋਸਤੋ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਸੇਮ ਹੈ ਸਿੰਘ ਬਾਰੇ ਸੋਹਣੇ ਨੇ ਇਹਦੇ ਕੁੰਡੇ ਛੋਟੇ ਦੇਖੋ ਮਾਸ਼ਾਅੱਲਾ ਦੇਖੋ ਮੇਰੇ ਸੋਹਣੇ ਮਾਲਕ ਦੇ ਘਰੋਂ ਨਾ ਬਾਜਵਾ ਸਾਹਿਬ ਖੀਰੀਆਂ ਨੇ ਖੀਰੀਆਂ ਤੇਜ ਸਾਹਿਬ ਠੀਕ ਹੈ ਟੈਂਪਰ ਉਮਰ ਕੀ ਨਹੀਂ ਕਹਿੰਦੇ ਤਕਰੀਬਨ ਤੇਜ ਸਾਹਿਬ ਬਾਹਾਂ ਲਈਆਂ ਨੇ ਭਰਾਵਾਂ ਕੋਲ ਕੱਟੀ ਦੀ ਬੂਤੀ ਵੇਖੋ ਪਤਲੀ ਤੇ ਖੀਰੀਆਂ ਨੇ ਖੀਰੀਆਂ ਨੇ ਜਿਆ ਠੀਕ ਜੀ ਉਹ ਦੂਜੀ ਇਹਦਾ ਸਾਰੀ ਇਹਦੇ ਚ ਸਾਰੀਆਂ ਕੁਆਲਟੀਆਂ ਮੌਜੂਦ ਨੇ ਮਾਸ਼ਾਅੱਲਾ ਜੀ ਹਾਂਜੀ 1 ਲੱਖ ਰੁਪਏ ਕੀਮਤ ਹੈ ਜੀ ਨੰਬਰ 1 ਦੀ ਇਹ ਨੰਬਰ 2 ਵਾਲੀ ਹੈ ਹਾਂਜੀ ਜੀ ਨੰਬਰ 2 ਇਹਦੀ ਚਿਹਰੇ ਦੀ ਬਰੀਕੀ ਨਹੀਂ ਮਾਸ਼ਾਅੱਲਾ ਜੀ ਬਰੀਕੀ ਬਰੀਕੀ ਅਰੇ ਜਰਾ ਥਣ ਭਾਈ ਚੈੱਕ ਕਰਵਾ ਦੇ ਥਣ ਵੇਖੋ ਮੇਰੇ ਸੋਹਣੇ ਮਾਲ ਦੇ ਕਦੂਰੀ ਹਾਂ ਫਰਾ ਸਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਸੋਹਣੇ ਲੱਗੇ ਚਾਰ ਚਾਰ ਥਣਾਂ ਦੀ ਗਾਰੰਟੀ ਹੈ ਮਾਸ਼ਾਅੱਲਾ ਇੱਧਰ ਵੇਖੋ ਸਭ ਦਾ ਚਿਹਰਾ ਚੈੱਕ ਕਰਵਾ ਚਿਹਰਾ ਵੇਖੋ ਮੇਰੇ ਸੋਹਣੇ ਮਾਲ ਲਵੇਲ ਵੀ ਵੇਖ ਲੈਣੀ ਤੇ ਚਿਹਰਾ ਵੇਖ ਲੈ ਵੇਖੋ ਹਾਂ ਅੱਜ ਤੇ ਦੂਆ ਖਦੀ ਲੱਗਾ ਸੁਣੋ ਅੱਜ ਤੇ ਕੇਵਾਂ ਲਾਇਆ ਹੀ ਨਹੀਂ ਉਹ ਲੱਥ ਗਿਆ ਇਹ ਮਾਲ ਇੱਧਰ ਫਰਾਸ ਅਤਈਏ ਸਾਹਿਬ ਇਹ ਵਾਹਿਦ ਮਾਲ ਜੋ ਬੰਦੇ ਨਾਲ ਵਫਾ ਕਰਦਾ ਇੱਧਰ ਵੇਖੋ ਬੰਦੇ ਦੇ ਕੋਈ ਦੁੱਖ ਮੁਸੀਬਤ ਆਏ ਨਾ ਇਹ ਦੁਆ ਕਰਦਾ ਮੇਰਾ ਮਾਲਕਾ ਇਹ ਮੇਰੇ ਤੇ ਹੁੰਦੇ ਅਗਲੇ ਦਿਨ ਦੀ ਗੱਲ ਤਾਂ ਸੁਣਾਵਾਂ ਇੱਧਰ ਵੇਖੋ ਸਾਡਾ ਉਹਨਾਂ ਉਹ ਛੱਡਰ ਨਹੀਂ ਉਹ ਹੋ ਗਿਆ ਸ਼ਾਰਟ ਅੱਛਾ ਸ਼ਾਰਟ ਸਾਰੀ ਬੱਚੀ ਸੀ ਉਹ ਉਹਨੂੰ ਲੱਗ ਗਈ ਤਾਂ ਰੱਬ ਨੇ ਇਹਨੂੰ ਬਾਰ ਬਾਰ ਬਚਾਇਆ ਕਿਉਂ ਇਹਨੇ ਉਹਨੂੰ ਵੇਖ ਲਿਆ ਮੇਰੇ ਸੋਹਣੇ ਮਾਲਕ ਉਹਨੇ ਆਖਿਆ ਕਿ ਵੇਖੋ ਉਹ ਲੱਗ ਗਈ ਲੇਕਿਨ ਇਹਨੇ ਉਹਨੂੰ ਵੇਖ ਲਿਆ ਬਚਾਇਆ ਨਹੀਂ ਅੱਲਾਹ ਤਾਲਾ ਇਹਨੂੰ ਬਚਾਇਆ ਅੱਛਾ ਅੱਛਾ ਬੱਚੀ ਨੇ ਇਹਨੂੰ ਬਚਾਇਆ ਬੱਚੀ ਨਾਲ ਲੱਗੀ ਛੱਡਰ ਦੇ ਛੱਡਰ ਲੱਗੀ ਨਾ ਤੇ ਵੇਖੋ ਨਾ ਉਹਨੇ ਆਪਣੇ ਆਪ ਤੇ ਲੀਲੇ ਸੀ ਲੇਕਿਨ ਜੇ ਉਹ ਨਾ ਲੱਗਦੀ ਤੇ ਇਹਨੇ ਤੇ ਤਾਲਾ ਖੋਲੇ ਕੋਲੇ ਸਵੇਰੇ ਖੋਲ ਕੇ ਮੋਟਰ ਚਲਾਣੀ ਸੀ ਹਾਂਜੀ ਗੱਲ ਵੇਖੋ ਨਾ ਮੇਰਾ ਸੋਹਣਾ ਮਾਲਕ ਨੇ
ਇਹਨੂੰ ਇੰਨੀ ਵਫਾ ਦਿੱਤੀ ਹੈ ਕਿ ਆਪਣੇ ਆਪ 'ਤੇ ਲਿਲੇਗਾ ਲੇਕਿਨ ਆਪਣੇ ਮਾਲਕ 'ਤੇ ਲਾਓ। ਬਾਜਵਾ ਸਾਹਿਬ ਲਾਓ ਜੀ ਕੱਟੀ, ਤੇਜ ਸਾਹਿਬ ਕਿਸੇ ਭਰਾ ਨੂੰ ਪਸੰਦ ਹੈ 85,000 ਦੀ ਕੱਟੀ ਦੇ ਰਿਹਾ, 85,000 ਮੈਨੂੰ ਆਦਤ ਨੀ ਜੇ ਕਿਸਾਈ ਨੂੰ ਡੰਗਰ ਦੇਣ ਦੇ ਲਾ ਨਾ ਤੇ ਮੈਨੂੰ ਕੋਈ ਕੰਮ ਨਾ ਮੇਰਾ ਪਿੱਛਾ ਨੂੰ ਆਉਣਾ ਸ਼ੁਰੂ ਹੋ ਜਾਂਦਾ। ਕਿਸਾਵੇ ਰੇਟ ਨਾਲ ਵੀ ਥੱਲੇ ਦੇ ਯਕੀਨ ਕਰ ਦੋ ਜੀ। ਮਾਸ਼ਾਅੱਲਾ ਜੀ ਕੁਆਲਿਟੀ ਵੀ ਪੂਰੀ ਹੈਗੀ। ਹਾਂਜੀ ਹਾਂਜੀ, ਜਿਹੜਾ ਮੇਰਾ ਭਰਾ ਲੈ ਕੇ ਆਏ ਨਾ ਕਿਸਾਈ ਜੇ ਕਿਸਾਈ ਆਖੇਗਾ ਨਾ ਕਿ ਇਹ 1,90,95 ਦੀਆਂ ਤੇ ਫਿਰ ਮੇਰੇ ਪੁੱਤਰ ਨੂੰ 1,80 ਦੇ ਖੜੇ ਨਹੀਂ ਤੇ ਰਹਿਣ ਦੇ। ਠੀਕ ਹੈ, ਅੱਗੇ ਉਹਨਾਂ ਮੱਛੀਆਂ ਵੀ ਦੋ ਹੈ ਨਾ ਮਾਸ਼ਾਅੱਲਾ ਜੀ ਭਰਾ ਸਾਹਿਬ, ਇਹਨਾਂ ਇਹ ਚੰਗੀਆਂ ਨਸਲੀ ਮੱਛੀਆਂ ਨੇ ਨਸਲੀ ਮੱਛੀਆਂ ਭਾਈ ਸ਼ੋਗਾ ਮੱਛੀ ਨੰਬਰ 1 ਹੈ ਮਾਸ਼ਾਅੱਲਾ ਜੀ ਖਾਣ ਦੇ ਦੋਸਤਾਂ ਨੇ ਲੈ ਲੈ ਪੁੱਠਾ ਵੀ ਇਹਦਾ ਚੈੱਕ ਕਰ ਲੈਣਾ ਭਾਈ, ਇਹਦੀ ਰਿਵੇਲ ਚੈੱਕ ਕਰਵਾਉਣੀ ਤੇ ਇਹਦਾ ਮੂੰਹ ਚੈੱਕ ਕਰਵਾਉਣਾ। ਚਾਹ ਦਿਨ ਫੜਾ ਲਈ ਸੁਬਿਦਾ ਸਾਹਿਬ ਦੀ ਰਿਵੇਲ ਚੈੱਕ, ਰਿਵੇਲ ਬੜੀ ਹੈ ਮਾਸ਼ਾਅੱਲਾ ਜੀ। ਓਹ ਸੌਰੀ ਮੈਂ ਕਿਹਾ ਔਰ ਮੂੰਹਾਂ ਤੇ ਬਖਤ ਦੇਖੋ ਆ ਚਿਹਰੇ ਦੀ ਖੂਬਸੂਰਤੀ ਵੇਖ ਲੈਣੀ ਆ ਵੀ ਮੋਨੀਆਂ ਨੇ ਮਾਸ਼ਾਅੱਲਾ ਜੀ, ਕੰਨ ਛੋਟਾ ਕੰਨ ਬਿਲਕੁਲ ਛੋਟੇ ਛੋਟੇ, ਅੱਖ ਮੋਟੀ, ਚਿਹਰੇ 'ਚ ਬੈਂਡ ਵੀ ਦੇਖੋ ਲਾਲ, ਇਹਦਾ ਥੰਮਸ ਅਪ ਚੈੱਕ ਕਰਵਾ। ਹਾਂ ਤੇ ਫਿਰ ਚੌਂ ਦੀ ਗਰੰਟੀ ਹੋਏਗੀ, ਚਾਰ ਥਾਂ ਦੀ ਗਰੰਟੀ ਹੋ ਜੀ ਮਾਸ਼ਾਅੱਲਾ ਜੀ, ਕਾਲੇ ਥਾਂ ਲੱਗੇ ਨੇ ਦੋਸਤਾਂ ਨੂੰ ਚੈੱਕ ਕਰ ਲੈਣਾ, ਇਹ ਨਜ਼ਰ ਆ ਰਹੇ ਨੇ ਵਿੱਚ ਜੀ ਮਾਸ਼ਾਅੱਲਾ, ਫਿਰ ਰੇਲ ਬੜੀ ਹੈ ਮੱਛੀ। ਠੀਕ ਹੈ, ਇਹਦੀ ਵੀ ਵੇਖੋ ਤੇ ਇਹ ਨੰਬਰ 2 ਤੇ ਮੱਛੀ ਆ ਗਈ। ਬਲਾ ਸਾਹਿਬ ਨੰਬਰ 1 ਇਹਦੀ ਕੀ ਨਸਲ ਹੈ? ਬਲਾ ਸਾਹਿਬ ਉਹ ਫ੍ਰੀਜ਼ੀਅਨ ਜਰਸੀ ਕ੍ਰਾਸ, ਫ੍ਰੀਜ਼ੀਅਨ ਜਰਸੀ ਤੇ ਨੰਬਰ 2 ਆ ਗਈ ਮਾਸ਼ਾਅੱਲਾ, ਖਾਣੇ ਤੇ ਵੀ ਮੋਟੇ ਲੱਗੇ ਮਾਸ਼ਾਅੱਲਾ, ਚੰਗੇ ਆ ਚੈੱਕ ਕਰੋ ਜੀ। ਵੱਖਰੀ ਵੱਖਰੀ ਤੇਜ ਸਾਹਿਬ ਕਿਸੇ ਭਰਾ ਨੇ ਲੈਣੀ, ਇਹ ਦਾਂਗ 90,000 ਦੀ, ਨੰਬਰ 2 ਵਾਲੀ 90,000 ਦੀ, ਉਹ ਦਾਂਗ 1,15,000 ਦੀ, ਨੰਬਰ 1 ਵਾਲੀ 1,15,000 ਦੀ ਤੇ ਨੰਬਰ 2 ਵਾਲੀ 90,000 ਦੀ, 90,000 ਦੀ ਪੂਰੇ ਪਾਕਿਸਤਾਨ ਚ ਪੰਜਾਬ ਚ, ਪੰਜਾਬ ਚ ਪੂਰੇ ਪੰਜਾਬ ਚ ਅੱਧਾ ਕਰਾਇਆ ਬਲਾਲ ਦੇ, ਦੋਵੇਂ ਕੱਟੀਆਂ ਦੇ ਦੋਵੇਂ ਬੱਚਿਆਂ ਨੂੰ ਭਰਾ ਦੇ ਤੇ ਬੜੀਆਂ। ਹਕੀਕਤ ਗੱਲ ਹੈ ਤਈਬ ਸਾਹਿਬ, ਜੈਜ਼ ਬੋਲ ਮੇਰੇ ਸੋਹਣੇ ਮਾਲ ਦੇ, ਮੱਛੀਆਂ ਵੀ ਦੋਵੇਂ ਮੋਨੀਆਂ ਨੇ ਮਾਸ਼ਾਅੱਲਾ, ਜੀ ਦੋਵੇਂ ਮੋਨੀਆਂ ਸੋਹਣੇ ਮਾਲ ਦੇ ਕਰਨ ਨਾਲ, ਇਹ ਦੋ ਰਹਿ ਵੀ ਇਹ ਦੋ ਗਈਆਂ ਜੇ, ਮਜ਼ੀਦ ਕੋਈ ਪੈਗਾਮ ਦਵੋ ਦੋਸਤਾਂ ਨੂੰ? ਪੈਗਾਮ ਫਰਾਜ਼ ਸਾਹਿਬ, ਬੜਾ ਤਈਬ ਸਾਹਿਬ ਇਹ ਜੇ ਕਿ ਨੇਕੀ ਨਾਲ ਕਾਰੋਬਾਰ ਕਰੋ, ਨੇਕ ਨੀਤੀ ਨਾਲ ਕਾਰੋਬਾਰ ਕਰੋ ਤੇ ਮੇਰਾ ਸੋਹਣਾ ਮਾਲਕ ਵੀ ਸਾਥ ਦੇਗਾ, ਤੇ ਹਰ ਬੰਦੇ ਵਾਸਤੇ ਦੁਆ ਕਰੋ ਮੇਰਾ ਮੇਰਾ ਸੋਹਣਿਆ ਮਾਲਕਾ, ਹਰ ਬੰਦੇ ਨੂੰ ਨਾ ਦੁਆਵਾਂ ਨਾਲ ਤਕਦੀਰਾਂ ਬਦਲ ਜਾਂਦੀਆਂ ਨੇ, ਹਰ ਬੰਦੇ ਨੂੰ ਇਸ ਤਰ੍ਹਾਂ ਹੀ ਖੁਸ਼ਹਾਲ ਅਤੇ ਇਸ ਤਰ੍ਹਾਂ ਉਹਨੂੰ ਕਾਰੋਬਾਰ ਦੇ, ਜਿਸ ਤਰ੍ਹਾਂ ਇਸ ਗਰੀਬ ਬੰਦੇ ਨੂੰ ਤਾਂ ਮੇਰੀ ਤਾਂ ਦੁਆ ਏ। ਆਮੀਨ। ਇਸ ਤੋਂ ਹਟ ਕੇ ਨਾ ਅਗਲੇ ਦਾ ਇਹ ਕਿ ਜਿਹੜਾ ਬੰਦਾ ਆਪਣੇ ਮਾਂ ਪਿਓ ਦਾ, ਹੇ ਬਰਖੁਦਾਰ ਭਰਾ ਤੂੰ ਵੀ ਆ, ਤੂੰ ਬੜਾ ਕੀ ਲੈ ਜਾਣਾ ਇੱਧਰ ਆ, ਇੱਧਰ ਆ, ਮੇਰੀ ਗੱਲ ਸੁਣ, ਮਾਰੋ ਕੈਮਰਾ, ਨੱਸਦਾ ਜਾਂਦਾ ਪਿਆ ਕਿੰਨੇ ਸਾਲ ਹੋ ਗਏ ਨੇ, ਚੱਲ ਨੀ ਸਕਦੀ, 45 ਸਾਲ ਹਰ ਜਿੰਨਾ ਚਿਰ ਨੌਕਰੀ ਕੀਤੀ ਹੈ, ਨਾ ਰੱਖਿਆ, ਹਰ ਸੀਐਮ ਐਚ ਵੀ ਇਲਾਜ ਕਰਾਇਆ, ਯਾਨੀ ਕਿ ਉਹਨੂੰ ਲੱਤਾਂ ਦਾ ਮਸਲਾ, ਹਰ ਜਗ੍ਹਾ ਇਲਾਜ ਕਰਾਇਆ, ਲੇਕਿਨ ਜਦੋਂ ਮੈਂ ਜਾਂਦਾ ਨਾ ਮਾਲ ਲੈਣ, ਇੱਧਰ ਤਾਂ ਵੇਖੋ ਜੇ ਮੇਰਾ ਫੜ ਕੇ ਹੱਥ ਇੱਥੇ ਚੁੰਮਦੀ ਹੈ ਨਾ, ਤੇ ਮੇਰਾ ਸੋਹਣਾ ਮਾਲਕ ਉਦੋਂ ਮੇਰੇ 'ਤੇ ਪੂਰਾ ਮਿਹਰਬਾਨ ਹੋ ਜਾਂਦਾ। ਮਾਸ਼ਾਅੱਲਾ। ਤੇ ਜਿਸ ਬੰਦੇ ਨੂੰ ਮਾਂ ਪਿਓ ਦੀ ਦੁਆ ਹੈ ਨਾ ਰਾਜ ਸਾਹਿਬ, 40-45 ਸਾਲ ਤੇ ਮੇਰੀ ਮਾਂ ਨੂੰ ਕੋਈ ਬੰਦਾ ਵੇਖ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਬਿਮਾਰ ਹੈ, ਯਾਨੀ ਕਿ ਇਹ ਨਹੀਂ ਕਹਿ ਸਕਦਾ ਕਿ ਬਿਮਾਰ ਹੈ। ਵੀਡੀਓ ਲੰਮੀ ਤਾਂ ਨਹੀਂ ਹੋ ਰਹੀ, 33 ਮਿੰਟਾਂ ਦੀ ਹੋ ਗਈ। ਜਿਸ ਤਰ੍ਹਾਂ ਮੇਰੀ ਮਾਂ ਮੇਰੇ ਨਾਲ ਕਰਦੀ ਹੈ ਅਤੇ ਮੈਂ ਮਾਂ ਨਾ ਕਰਨਾ, ਮੇਰੀ ਹਰ ਇੱਕ ਬੰਦੇ ਅੱਗੇ ਅਪੀਲ ਵੀ ਹੈ ਅਤੇ ਅਰਜ਼ ਵੀ ਹੈ ਕਿ ਇਸ ਤਰ੍ਹਾਂ ਹੀ ਸਾਰੇ ਪਿਆਰ ਕਰੇਗਾ, ਕਿਉਂਕਿ ਮੇਰਾ ਸੋਹਣਾ ਮਾਲਕ, ਜਿਹੜੀ ਸ਼ਾਇਦ ਤੁਸੀਂ ਨਾ ਮੰਗੋ ਵੀ ਮੇਰਾ ਸੋਹਣਾ ਮਾਲਕ ਅਨਾਇਤ ਕਰੇਗਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ। ਮੇਰੇ ਕੋਲ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਹੋਈ ਹੈ ਤਾਂ ਮੈਂ ਉਹਦੀ ਮਾਜ਼ਰ ਚਾਹੁੰਦਾ, ਸਲਾਮ ਅਲੈਕੁਮ।